वाहिगुरु जी का खालसा, वाहिगुरु जी की फतेह। मैं परमजीत कौर, ग्लोबल मिडास फाउंडेशन साडा खेड़दा पंजाब दी स्पैशल सीरीज विच, जिदे अंदर स्कूल कॉलेज इंस्टीट्यूट आंदे ने प्रबंध गुरुद्वारा प्रबंधक कमेटी दे अंदर, ते उहदे विच आप जी दा स्वागत करदे हैगे आ। अज असीं आए हैगे आ गुरु हरकिशन पब्लिक स्कूल हेमकुंड कलोनी दी ब्रांच विच, ते असीं मिलदे हैगे आ प्रिंसीपल सर नूं और मिल के उहनां तों जाणदे आ उहनां बारे ते और स्कूल बारे जाणदे हैगे। सति श्री अकाल सर जी। सति श्री अकाल मैडम। सति श्री अकाल जी। सर जी, आप जी का बैकग्राउंड? मैडम, मेरा नाम भुपिंदरजीत सिंह गुलशन है। तो मैं इन GHPS 1989 तो जॉब कर रहा हूँ। मेरी जो क्वालिफिकेशन हैगी है, डेट इज़ MSc इन फिजिक्स एंड MEd। और दसो जी। और सर, अपना स्कूल कदों बनया? ਇਹ ਮੈਡਮ ਸਕੂਲ ਜਿਹੜਾ ਹੈਗਾ 1991 'ਤੇ ਉਸ ਸਮੇਂ ਦੇ DSGMC ਦੇ ਪ੍ਰਧਾਨ ਜੀ ਅਤੇ ਜਨਰਲ ਸਕੱਤਰ ਸਾਹਿਬ ਦੇ ਨਾਂ 'ਤੇ ਲੀਜ਼ ਉਹਨਾਂ ਨੇ ਇਸ ਸਕੂਲ ਨੂੰ ਕਰਾ ਕੇ ਦਿੱਤੀ, ਅਤੇ 1994 'ਚ ਇਹ ਸਕੂਲ ਇਸਟੈਬਲਿਸ਼ਡ ਹੋਇਆ ਹੈ। ਉਸ ਤੋਂ ਬਾਅਦ ਇਹਨੂੰ ਡਾਇਰੈਕਟੋਰੇਟ ਆਫ ਐਜੂਕੇਸ਼ਨ ਤੋਂ ਪਹਿਲੇ ਮਿਡਲ ਸੈਗਮੈਂਟ ਦਾ, ਦੈਨ ਸੈਕੰਡਰੀ ਦਾ, ਦੈਨ ਸੀਨੀਅਰ ਸੈਕੰਡਰੀ ਦਾ, ਇਹਨਾਂ ਨੂੰ ਐਫੀਲੀਏਸ਼ਨ CBSE ਤੋਂ ਮਿਲਦੀ ਰਹੀ ਟਾਈਮ ਟੂ ਟਾਈਮ। ਸਰ, ਸਥਾਪਕ ਕੌਣ ਨੇ ਸਕੂਲ ਦੇ? ਸਥਾਪਕ ਹੋ ਗਏ ਜੀ ਉਸ ਸਮੇਂ ਦੇ ਪ੍ਰੈਜ਼ੀਡੈਂਟ ਸਾਹਿਬ ਅਤੇ ਜਨਰਲ ਸਕੱਤਰ ਸਾਹਿਬ, ਉਹਨਾਂ ਦਾ ਨਾਮ ਸਰਦਾਰ ਜਸਵੰਤ ਸਿੰਘ ਜੀ ਸ਼ਾਨ, ਉਸ ਸਮੇਂ ਦੇ ਪ੍ਰੈਜ਼ੀਡੈਂਟ ਸੀ, ਅਤੇ ਡਾਕਟਰ ਜਸਪਾਲ ਸਿੰਘ ਜੀ ਜਿਹੜੇ ਜਨਰਲ ਸਕੱਤਰ ਸਾਹਿਬ ਸੀ। ਸਰ, ਸਕੂਲ ਦੀ ਨੀਂਹ ਕੀ ਸੋਚ ਕੇ ਰੱਖੀ ਗਈ ਸੀ? ਸਕੂਲ ਦੀ ਨੀਂਹ ਰੱਖਣ ਦਾ ਰੀਜ਼ਨ ਇਹੀ ਸੀ ਕਿ ਆਪਣੀ ਸੋਸਾਇਟੀ ਔਰ ਆਪਣੀ ਕਮਿਊਨਿਟੀ ਨੂੰ ਇੱਕ ਬੈਸਟ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਏ। ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੂੰ ਰਿਲੀਜੀਅਸ ਨੌਲੇਜ ਵੀ ਮਿਲੇ, ਜਿਸ ਨਾਲ ਬੱਚਾ ਜਿਹੜਾ ਹੈਗਾ ਹੈ ਉਹ ਇੱਕ ਬਿਲਕੁਲ ਇਨਸਾਨ ਜਿਸ ਦੇ ਵਿੱਚ ਮੋਰਲ ਵੈਲਿਊਜ਼ ਵੀ ਹੋਵਣ, ਰਿਲੀਜੀਅਸ ਇਥਿਕਸ ਵੀ ਹੋਵਣ ਔਰ ਅਕੈਡਮਿਕਲੀ ਵੀ ਸਟਰੋਂਗ ਹੋਵੇ। ਸਰ, ਆਪਣੇ ਸਕੂਲ ਦੇ ਵਿੱਚ ਟੀਚਰ, ਨੋਨ ਟੀਚਰ ਸਟਾਫ ਔਰ ਉਹਨਾਂ ਦੀ ਰਿਕੁਆਇਰਮੈਂਟ, ਉਹਨਾਂ ਦਾ ਕੈਟਾਗਰੀਆ ਕੀ ਹੈਗਾ? ਆਪਣੇ ਕੋਲ 60 ਦੇ ਅਰਾਊਂਡ ਮੈਡਮ ਟੀਚਿੰਗ ਸਟਾਫ ਹੈਗਾ, 28 ਦੇ ਅਰਾਊਂਡ ਆਪਣੇ ਕੋਲ ਐਡਮਿਨ ਸਟਾਫ ਹੈਗਾ, ਅਤੇ ਇਸ ਬਾਕੀ MTS ਸਟਾਫ ਹੈਗਾ 32 ਦੇ ਅਰਾਊਂਡ, ਅਤੇ ਮਿਲ ਕੇ 118 ਦੇ ਕਰੀਬ ਆਪਣੇ ਕੋਲ ਸਟਾਫ ਹੈਗਾ। ਔਰ ਆਪਣੇ ਕੋਲ ਜਿਹੜਾ ਵੀ ਸਟਾਫ ਹੈਗਾ, ਦੇ ਆਲ ਆਰ ਵੈਲ ਕੁਆਲੀਫਾਈਡ। ਉਹਨਾਂ ਦੀ ਜੋ ਬੋਡੀ CBSE ਦੇ ਨੋਰਮਸ ਦੇ ਅਕੋਰਡਿੰਗ ਜੋ ਉਹਨਾਂ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਦੇ ਆਰ ਵੈਲ ਕੁਆਲੀਫਾਈਡ। ਸਰ, ਸਕੂਲ ਦੇ ਵਿੱਚ ਕੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ? ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰਨੇ ਅਕੈਡਮਿਕ ਦੀ, ਅਕੈਡਮਿਕ ਦੇ ਵਿੱਚ ਲੈਬਸ ਹੁੰਦੀਆਂ, ਫਿਜ਼ਿਕਸ ਲੈਬ, ਕੈਮਿਸਟਰੀ ਲੈਬ, ਬਾਇਓ ਲੈਬ, ਕੰਪਿਊਟਰ ਲੈਬਸ ਐਂਡ ਮੈਥਸ ਲੈਬ। ਸਾਡੀਆਂ ਜੋ ਵੀ ਐਜ਼ ਪਰ CBSE ਦੇ ਇੰਸਟਰਕਸ਼ਨਸ ਦੇ ਅਕੋਰਡਿੰਗ ਲੈਬਸ ਬਣੀਆਂ ਹੋਈਆਂ ਹੈਗੀਆਂ। ਬਾਕੀ ਸਪੋਰਟਸ ਦੇ ਵਿੱਚ ਅਸੀਂ ਲੋਕ ਬੈਡਮਿੰਟਨ ਕਰਾਉਂਦੇ ਹਾਂ ਬੱਚਿਆਂ ਨੂੰ, ਬਾਸਕਿਟਬਾਲ, ਖੋ ਖੋ, ਠੀਕ ਹੈ ਜੀ। ਬਾਕੀ ਆਪਣਾ ਇਹ ਤਾਂ ਤੁਹਾਡੇ ਆਊਟਡੋਰ ਗੇਮਸ ਹੋ ਗਈਆਂ, ਇੱਕ ਹੋਰ ਕ੍ਰਿਕਟ ਵੀ ਕਰਾਈ ਦੀ ਹੈ, ਨੈੱਟ ਪ੍ਰੈਕਟਿਸ ਕਰਾ ਲਈ ਦੀ ਬੱਚਿਆਂ ਨੂੰ, ਵੋਲੀਬਾਲ, ਔਰ ਇਨਡੋਰ ਗੇਮਸ ਵਿੱਚ ਤੁਹਾਡਾ ਆਪਣਾ ਆ ਗਿਆ ਜੀ ਚੈੱਸ ਹੋ ਗਈ, ਕੈਰਮ ਬੋਰਡ ਹੋ ਗਿਆ, ਸਾਰੀ ਜੋ ਵੀ ਹੈਗੀਆਂ ਗੇਮਸ ਉਹ ਮੈਕਸੀਮਮ ਤੋਂ ਸਾਰੀਆਂ ਗੇਮਸ ਇੱਥੇ ਹੈਗੀਆਂ। ਔਰ ਆਪਣੇ ਕੋਲ ਮੋਰ ਦੈਨ ਦੈਟ, ਮੋਰ ਓਵਰ ਸਾਡੇ ਕੋਲ 2 ਲਾਇਬ੍ਰੇਰੀਜ਼ ਹੈਗੀਆਂ, ਜਿਸ ਦੇ ਵਿੱਚ ਨੰਬਰ ਆਫ ਬੁੱਕਸ ਦੀ ਕੁਆਂਟਿਟੀ ਨੰਬਰ ਬਹੁਤ ਜ਼ਿਆਦਾ ਹੈਗਾ। ਗੁਰਦੁਆਰਾ ਸਾਹਿਬ ਵੀ ਹੈਗਾ ਜੀ, ਸਭ ਤੋਂ ਅਸੀਂ ਸਾਡਾ ਸ਼ੁਰੂਆਤ ਹੀ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੈ ਜੀ। ਸਰ, 2 ਈਅਰ ਆਫਟਰ ਔਰ 2 ਈਅਰ ਬਿਫੋਰ ਕੋਵਿਡ ਰਿਜ਼ਲਟ ਕੀ ਰਿਹਾ, ਬੱਚਿਆਂ ਦੀ ਪਰਸੈਂਟੇਜ ਕੀ ਰਹੀ ਔਰ ਬੱਚਿਆਂ ਦਾ ਕੀ ਸਟਰਗਲ ਰਿਹਾ? ਮੈਡਮ, ਕੋਵਿਡ ਤੋਂ ਪਹਿਲੇ ਤਾਂ ਇਨ ਪਰਸਨ ਕਲਾਸਿਸ ਚੱਲ ਰਹੀਆਂ ਸੀ, ਇੱਕਦਮ ਕੋਵਿਡ ਆ ਗਿਆ। ਕੋਵਿਡ ਦੇ ਆਉਣ ਨਾਲ ਔਨਲਾਈਨ ਟੀਚਿੰਗਸ ਚਾਲੂ ਹੋ ਗਈਆਂ। ਔਨਲਾਈਨ ਟੀਚਿੰਗ ਦੇ ਕੁਝ ਸਰਟਨ ਲਿਮੀਟੇਸ਼ਨ ਸੀ ਕਿਉਂਕਿ ਅਸੀਂ ਟੀਚਰਸ ਨੂੰ ਰਿਪਲੇਸ ਨਹੀਂ ਕਰ ਸਕਦੇ, ਬਟ ਸਾਡੇ ਸਟਾਫ ਨੇ ਪੂਰਾ ਜ਼ੋਰ ਲਗਾਇਆ, ਉਸ ਦੇ ਹਿਸਾਬ ਦੇ ਨਾਲ ਔਨਲਾਈਨ ਕਲਾਸਿਸ ਕੀਤੀਆਂ। ਕਈਆਂ ਨੇ ਮੋਬਾਈਲਸ ਤੋਂ ਲਿੱਤੀਆਂ, ਕਈਆਂ ਨੇ ਲੈਪਟੋਪ ਤੋਂ, ਕੰਪਿਊਟਰ ਤੋਂ, ਜੋ ਵੀ ਕ੍ਰਾਈਟੀਰੀਆ ਸੀ ਉਹ ਬੱਚਿਆਂ ਨੇ ਕੀਤਾ ਔਰ ਉਸ ਦੇ ਹਿਸਾਬ ਦੇ ਨਾਲ ਇਗਜ਼ਾਮਸ ਦਿੱਤੇ ਔਰ ਇਗਜ਼ਾਮਸ ਦਾ ਵੀ ਰਿਜ਼ਲਟ ਅੱਛਾ ਆਇਆ। ਹੁਣ ਉਸ ਤੋਂ ਬਾਅਦ ਜਦ ਹੁਣ ਕਲਾਸਿਸ ਹੋ ਗਈਆਂ ਕੋਵਿਡ, ਹੁਣ ਅੱਜ ਕੱਲ੍ਹ ਇਨ ਪਰਸਨ ਕਲਾਸਿਸ ਚੱਲ ਰਹੀਆਂ ਹੈਗੀਆਂ। ਜੋ ਵੀ ਉਹਨਾਂ ਦੀ ਸ਼ੋਰਟਕਮਿੰਗਸ ਹੈਗੀਆਂ ਸੀ, ਜਿਸ ਤਰ੍ਹਾਂ ਰਾਈਟਿੰਗ ਸਕਿੱਲ ਵਿੱਚ ਬੱਚੇ ਥੋੜ੍ਹੇ ਵੀਕ ਹੋ ਗਏ ਸੀ ਕਰੋਨਾ ਦੇ ਟਾਈਮ 'ਤੇ, ਉਹਨਾਂ ਵਾਸਤੇ ਅਸੀਂ ਇੱਕ ਸਪੈਸ਼ਲ ਕਲਾਸਿਸ ਕਰਾਈਆਂ ਇਹਨਾਂ ਦੀਆਂ ਮੋਰਨਿੰਗ ਅਸੈਂਬਲੀ ਦੇ ਟਾਈਮ 'ਤੇ, ਕਿ ਉਹ ਚੀਜ਼ਾਂ ਨੂੰ, ਇਹਨਾਂ ਦੀ ਪ੍ਰੋਬਲਮਸ ਨੂੰ ਸੋਰਟ ਆਊਟ ਕੀਤਾ ਜਾਏ ਛੋਟੇ ਬੱਚਿਆਂ ਦੀ।
सर अपने स्कूल दे विच जिस तरह सिख बच्चे तो आते ही है तो अदर कास्ट के भी बच्चे है मैडम साढ़े इतने कोई भी रिस्ट्रिक्शंस नहीं ने सारी सारी कम्युनिटी जिन्हें भी सिख रिलीजन कोई भी रिलीजन का बच्चा अप्लाई कर सकता है इतने कोई एज सच कोई प्रॉब्लम नहीं हैगी सर संगत नु की मैसेज देना चाहोगे आप जी मैडम संगत नु यह कहना चाहना कि इतने जो अपने जी एच पी स्कूल्स है इन्ह स्कूल के अकैडमिक के नाल नाल स्परिचुअल जी वह भी दी जाती जो असी डिविनिटी के सबजैक्ट्स ना कराया जाता है जब बच्चा दोनों तिर एक एजुकेशन विच और एक स्परिचुअल दोनों विच दी नॉलेज अगर उन्हें होंदी है तो मेरे हिसाब के नाल एक एक अच्छा इंसान बनता है जो अपनी जिंदगी दे डिसीजनस वो अपने फेवर से ना लैके सोसाइटी ते कम्युनिटी दे फेवर दे विच काम करते हैं जी डेट्स ऑल सर अज असीं आए हैं ग्लोबल मिडास फाउंडेशन साडा खेड़दा पंजाब ते आप जी नूं किवें दा लग्या और आप जी की मैसेज देना चाहोगे मैं अज देखो तुहाडे वल मीडिया जिहड़े आए ने यू आर वेरी नाइस परसनस जिस तरह तुसीं लोग अपना कम्युनिकेशनस इत्थे लोगों नाल कम्युनिकेट करके ए मैसेज वायरल होएगा स्प्रैड होएगा साढ़े लोगों के स्कूलों के बारे होर इनफॉर्मेशन स्प्रैड होएगी दैट इज़ अ वेरी गुड मैसेज टू द सोसाइटी थैंक यू सर आप जी नाल मिलके बहुत ही वधिया लग्या आप जी बहुत अच्छे तरीके नाल स्कूल मैनेज कर रहे हो हैंडल कर रहे हैगे हो और सब नूं नाल लेके चल रहे हैगे हो बहुत बहुत धन्यवाद आप जी का सत श्री अकाल सर आओ मिलते हैगे हाँ चेयरमैन सर नूं ते उन्हां तो जानते हैं उन्हां बारे सत श्री अकाल सर वाहिगुरू जी का खालसा वाहिगुरू जी की फतेह आप जी का नाम सर मेरा नाम गुरप्रीत सिंह जस्सा है सर आप जी का बैकग्राउंड की है और इतने की डेजिनेशन है आप जी की मेरा बैकग्राउंड तो एक बहुत ही छोटे परिवार तो बहुत ही महाराज वालों गरीब परिवार से साडा पर महाराज ने गुरु हरकृष्ण साहब ने मेहनत करके जो असी आज तरक्की ते जो बुलंदी ते पहुँचे हैं ये सब गुरुआं दी गुरु हरकृष्ण साहब की देन हैगी है बख्शिश हैगी संगत की देन है संगत दे प्यार ने जो अज सानू प्यार दिता उस मैं गुरु हरकृष्ण पब्लिक स्कूल का चेयरमैन तो दिल्ली कमेटी का मैंबर बने संगत नूं आप जी की मैसेज देना चाहोगे संगत नूं मैं यही मैसेज देवांगा जी गुरु हरकृष्ण पब्लिक स्कूल ये धन गुरु नानक कलगी पातशाह महाराज सच्चे पातशाह ने सानू जो गुरु हरकृष्ण पब्लिक स्कूल बनाया गुरु के नाते है स्कूल के नाल चलो रल के चलो बच्चों का एडमिशन कराओ जितों स्कूल तरक्की ते आवे और अच्छा होवे क्योंकि कोविड टाइम तो कुछ बच्चे घट गए थे तो हुण असीं बेनती करांगे पढ़ाई अच्छी है तो टीचर्स भी अच्छे स्टाफ भी अच्छा हो गया हुण तो हर चीज़ वालों सानू मतलब बच्चों की जो कमी पेशी आ कि एडमिशन घट है असी वो मतलब पूरी कर सकी है ते गां स्कूल नूं असी अच्छी तरक्की ते लैके बुलंदी ते लैके जाइए अज असी ग्लोबल मिडास फाउंडेशन साडा खेड़दा पंजाब वालों असी इत्थे आए हैगे आ ते आप जी नूं किवें दा लग्गिया साडा उपराला और आप जी की कहना चाहोगे की मैसेज दोगे सानू मैं ते तुहाडा भी थैंक्स करदा कि तुहाडे वालों जो संगत नूं मैसेज पहुँचेगा वो अच्छा ही पहुँचेगा और तुसी इस मतलब तुहाडा भी धन्नवाद करदा कि इस तरह तुसी स्कूलों जाके बाकी गुरु घर जाके तुसी अपना मैसेज दें मतलब इंटरव्यू लेंदे रहो किसी दे अंदर दी भावना जो भी अंदर दी कोई गुप गुलात होंदे ना वो निकल जाते बंदे दे कि चलो बंदे नूं पता लग जाता कि संगत नूं पता लग जाता भी कि हाँ भी असीं तुहाडे थ्रू मैसेज देना चाहुंदे आ कि संगत सारे स्कूलों च गुरुद्वारे एक तो सिक्खी का प्रचार कराओ गुरसिख मतलब बनो अपने जिहड़े केस हैगे आ दाढ़ी हैगी जां असीं गुरसिख अमृत छक के गुरु के बड़े बने बनिए असी तो मेरी बेनती यही है कि तुम यही मैसेज दो कि अपने गुरु घर ना जुड़ो तो गुरु दी खुशियां प्राप्त करो तो अमृत छक के सिंह सजो तो परमात्मा अपने जो केस कतल करा के बच्चे दूजे पास जा रहे हैं या बाहर कनेडा अमेरिका जाने के चक्कर अपनी सिक्खी भुलते जाते हैं ये सिक्खी जी है ना ये बहुत ही महाराज की बख्शिश आ कि सिख खड़ा हो दूरों पता लग जाता गुरु का सिख खड़ा है तो दस्तार की जो शान है उन्होंने वधा मेरा यही मैसेज है बहुत बहुत धन्यवाद आप जी का बहुत वधिया लगे आप जी मिल के बहुत अच्छे तरीके ना आप स्कूल नू हैंडल कर रहे हैं वाहेगुरु जी का खालसा वाहेगुरु जी की फतेह
ਦਿਨ ਅਸੀਂ ਆਏ ਹੈਗੇ ਆ ਮਿਊਜ਼ਿਕ ਰੂਮ ਦੇ ਵਿੱਚ ਤੇ ਮਿਲਦੇ ਹੈਗੇ ਆ ਮਿਊਜ਼ਿਕ ਦੀ ਟੀਚਰ ਨੂੰ ਤੇ ਉਹਨਾਂ ਤੋਂ ਜਾਣਦੇ ਹੈਗੇ ਆ ਕਿ ਬੱਚਿਆਂ ਨੂੰ ਮਿਊਜ਼ਿਕ ਦੇ ਵਿੱਚ ਕਿਸ ਤਰੀਕੇ ਨਾਲ ਕੀ ਸਿਖਾਉਂਦੇ ਹੈਗੇ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ ਮੈਮ। ਆਪ ਜੀ ਦਾ ਨਾਮ? ਮੇਰਾ ਨਾਮ ਹਰਪ੍ਰੀਤ ਕੌਰ ਹੈ। ਹਰਪ੍ਰੀਤ ਮੈਮ, ਆਪ ਜੀ ਦਾ ਬੈਕਗ੍ਰਾਊਂਡ ਕੀ ਹੈਗਾ? ਮੈਂ ਇਸ ਸਕੂਲ ਦੇ ਨਾਲ 1989 ਤੋਂ ਜੁੜੀ ਹਾਂ ਜੀ। ਮੇਰਾ ਇਸ ਸਕੂਲ ਦੇ ਨਾਲ ਬਹੁਤ ਹੀ ਪਿਆਰ ਹੈ, ਮੇਰਾ ਪਰਿਵਾਰ ਵੀ ਇਸ ਸਕੂਲ ਦੇ ਨਾਲ ਜੁੜਿਆ ਹੋਇਆ ਹੈ ਅਤੇ ਇੱਥੇ ਅਸੀਂ ਬੱਚਿਆਂ ਨੂੰ ਬਹੁਤ ਅੱਛੀ ਤਰ੍ਹਾਂ ਨਾਲ ਉਹਨਾਂ ਨੂੰ ਮਿਊਜ਼ਿਕ ਦੀ ਵਿੱਦਿਆ ਦਿੰਦੇ ਹਾਂ, ਸੰਗੀਤ ਦੀ ਵਿੱਦਿਆ ਦਿੰਦੇ ਹਾਂ, ਬੱਚਿਆਂ ਨੂੰ ਸ਼ਬਦ ਨਾਲ ਜੋੜਦੇ ਹਾਂ, ਗੁਰਬਾਣੀ ਨਾਲ ਜੋੜਦੇ ਹਾਂ ਅਤੇ ਹੋਰ ਕਲਾਸੀਕਲ ਮਿਊਜ਼ਿਕ ਦੇ ਨਾਲ ਜੋੜਦੇ ਹਾਂ। ਮਿਊਜ਼ਿਕ ਵਿੱਚ ਆਪ ਜੀ ਕੀ ਸਿਖਾਉਂਦੇ ਹੋ ਬੱਚਿਆਂ ਨੂੰ? ਅਸੀਂ ਮਿਊਜ਼ਿਕ ਦੇ ਵਿੱਚ ਬੱਚਿਆਂ ਨੂੰ ਸਭ ਤੋਂ ਪਹਿਲੇ ਗੁਰਬਾਣੀ ਨਾਲ ਜੋੜਦੇ ਹਾਂ। ਸਾਰਾ ਬੇਸ ਜਿਹੜਾ ਹੈ ਉਹਨਾਂ ਨੂੰ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ, ਅਲੰਕਾਰ ਤੋਂ ਲੈ ਕੇ ਅਤੇ ਰਾਗਾਂ ਵਿੱਚ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਹਨ, ਉਹਨਾਂ ਰਾਗਾਂ ਨਾਲ ਸੰਬੰਧਿਤ ਜਿੰਨੇ ਵੀ ਸ਼ਬਦ ਹਨ, ਉਹਨਾਂ 'ਤੇ ਆਧਾਰਿਤ ਜਿੰਨੇ ਵੀ ਸ਼ਬਦ ਹਨ, ਉਹਨਾਂ ਰਾਗਾਂ ਵਿੱਚ ਹੀ ਬੱਚਿਆਂ ਨੂੰ ਉਹ ਸ਼ਬਦ ਸਿਖਾਏ ਜਾਂਦੇ ਹਨ ਅਤੇ ਬੱਚਿਆਂ ਨੂੰ ਕੰਪੀਟੀਸ਼ਨਸ ਵਾਸਤੇ ਤਿਆਰ ਕੀਤਾ ਜਾਂਦਾ ਹੈ। ਬੱਚਿਆਂ ਨੂੰ ਮਿਊਜ਼ਿਕ ਦੇ ਵਿੱਚ ਕੀ ਫੈਸਿਲਿਟੀਆਂ ਦਿੰਦੇ ਹੈਗੇ ਆਪ ਜੀ? ਬੱਚਿਆਂ ਨੂੰ ਅਸੀਂ ਇੱਥੇ ਹਾਰਮੋਨੀਅਮ ਸਿਖਾਉਂਦੇ ਹਾਂ, ਤਬਲਾ ਸਿਖਾਉਂਦੇ ਹਾਂ ਅਤੇ ਬਾਕੀ ਤਾਂ ਇੰਸਟਰੂਮੈਂਟ ਤਾਨਪੁਰਾ ਵਗੈਰਾ ਸਭ ਸਿਖਾਇਆ ਜਾਂਦਾ ਹੈ। ਬੱਚੇ ਬਹੁਤ ਅੱਛੀ ਤਰ੍ਹਾਂ ਉਹਨੂੰ ਸਿੱਖਦੇ ਹਨ, ਕਈ ਬੱਚਿਆਂ ਦੇ ਬਲੱਡ ਵਿੱਚ ਇਹ ਚੀਜ਼ ਹੁੰਦੀ ਹੈ, ਉਹ ਬੱਚਾ ਬਹੁਤ ਅੱਛੀ ਤਰ੍ਹਾਂ ਉਸਨੂੰ ਗਾਇਨ ਕਰਦਾ ਹੈ ਔਰ ਵਜਾਉਂਦਾ ਹੈ। ਮੈਮ, ਜਿਸ ਤਰ੍ਹਾਂ ਆਪਣੇ ਸਿੱਖ ਬੱਚੇ ਤਾਂ ਜੁੜਦੇ ਹੈਗੇ ਆ ਸਿੱਖੀ ਨਾਲ, ਗੁਰੂ ਦੀ ਬਾਣੀ ਨਾਲ, ਅਤੇ ਆਪਣੇ ਅਦਰ ਕਾਸਟ ਦੇ ਜਿਹੜੇ ਬੱਚੇ ਨੇ ਅਦਰ ਕੌਮ ਦੇ, ਉਹ ਵੀ ਆਪ ਜੀ ਉਹਨਾਂ ਨੂੰ ਵੀ ਸਿਖਾਉਂਦੇ ਹੋ? ਹਾਂਜੀ ਬਿਲਕੁਲ ਜੀ, ਬਹੁਤ ਸਾਰੇ ਐਸੇ ਬੱਚੇ ਹਨ ਜਿਹੜੇ ਗੁਰਬਾਣੀ ਨੂੰ ਗਾਉਣ ਵਿੱਚ ਬਹੁਤ ਜ਼ਿਆਦਾ ਇੰਟਰਸਟ ਦਿਖਾਉਂਦੇ ਹਨ। ਮੇਰੇ ਕੋਲ ਬਹੁਤ ਸਾਰੇ ਨੌਨ ਸਿੱਖ ਬੱਚੇ ਨੇ ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਹਨ ਔਰ ਬਹੁਤ ਹੀ ਅੱਛੇ ਤਰੀਕੇ ਨਾਲ ਉਹ ਸ਼ਬਦ ਗਾਇਨ ਕਰਦੇ ਹਨ। ਅਸੈਂਬਲੀ ਵਿੱਚ ਵੀ ਗਾਉਂਦੇ ਹਨ, ਬਾਹਰ ਕੰਪੀਟੀਸ਼ਨਸ ਵਿੱਚ ਵੀ ਗਾਉਂਦੇ ਹਨ ਅਤੇ ਹੋਰ ਸਕੂਲ ਦੇ ਜਿੰਨੇ ਵੀ ਪ੍ਰੋਗਰਾਮ ਹੋਣ ਸਾਰਿਆਂ ਵਿੱਚੋਂ ਬੱਚੇ ਸਾਡੇ ਨਾਲ ਹੀ ਗਾਉਂਦੇ ਹਨ। ਬਹੁਤ ਬਹੁਤ ਧੰਨਵਾਦ ਆਪ ਜੀ ਦਾ, ਬਹੁਤ ਵਧੀਆ ਲੱਗਿਆ ਆਪ ਜੀ ਨਾਲ ਮਿਲ ਕੇ। ਸਤਿ ਸ਼੍ਰੀ ਅਕਾਲ ਜੀ। ਅਸੀਂ ਆਏ ਹੈਗੇ ਹਾਂ ਗੇਮਸ ਦੇ ਟੀਚਰ ਕੋਲ ਔਰ ਜਾਣਦੇ ਹੈਗੇ ਹਾਂ ਉਹਨਾਂ ਤੋਂ ਕਿ ਉਹ ਬੱਚਿਆਂ ਨੂੰ ਕਿਸ ਤਰੀਕੇ ਨਾਲ ਕੀ ਗੇਮਸ ਵਗੈਰਾ ਪ੍ਰੋਵਾਈਡ ਕਰਦੇ ਹੈਗੇ ਨੇ ਅਤੇ ਉਹ ਮਿਲਦੇ ਹੈਗੇ ਹਾਂ। ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਆਪ ਜੀ ਦਾ ਨਾਮ? ਅਨਿਲ ਸ਼ਰਮਾ, ਪੀ ਜੀ ਟੀ ਫਿਜ਼ੀਕਲ ਐਜੂਕੇਸ਼ਨ। 31 ਈਅਰਸ ਹੋ ਗਏ ਮੈਨੂੰ ਉੱਥੇ ਕੰਮ ਕਰਦੇ ਇਸ ਬ੍ਰਾਂਚ 'ਚ, ਅਤੇ ਆਪਣਾ ਅਸੀਂ 3-4 ਗੇਮਸ ਫਿਲਹਾਲ ਖਿਲਾ ਰਹੇ ਹਾਂ ਕਿਉਂਕਿ ਕੋਵਿਡ ਦੇ ਬਾਅਦ ਥੋੜ੍ਹਾ ਬੱਚੇ ਘੱਟ ਹੋ ਗਏ ਅਤੇ ਬੱਚੇ ਥੋੜ੍ਹੇ ਵੀਕ ਵੀ ਹੋ ਗਏ। ਬਾਕੀ 3-4 ਗੇਮਸ ਅਸੀਂ ਫਿਲਹਾਲ ਖਿਲਾਉਂਦੇ ਹਾਂ ਔਰ ਸਮਰ ਦੇ ਅੰਦਰ ਬੱਚਿਆਂ ਦਾ ਕੈਂਪ ਲੱਗਦਾ ਹੈ ਔਰ ਟੀਮਸ ਨੂੰ ਪੋਲਿਸ਼ ਕਰਦੇ ਹਾਂ ਜਿਹੜੇ ਅੱਛੇ ਬੱਚੇ ਹੁੰਦੇ ਨੇ, 15 ਦਿਨ ਦਾ ਕੈਂਪ ਘੱਟ ਤੋਂ ਘੱਟ ਅਸੀਂ ਲੈਂਦੇ ਹਾਂ। ਜੇ ਗਰਮੀ ਜ਼ਿਆਦਾ ਪਵੇ ਤਾਂ ਕਈ ਵਾਰ ਇੱਕ ਹਫ਼ਤੇ 'ਚ ਵੀ ਬੰਦ ਕਰ ਦੇਈਦਾ, ਬੱਚਿਆਂ ਉੱਤੇ ਡਿਪੈਂਡ ਕਰਦਾ ਕਿ ਕੌਣ ਕਿੰਨਾ ਇੰਟਰਸਟਿਡ ਹੈਗਾ ਬੱਚਾ। ਗਰਮੀ ਹੋਵੇ ਤਾਂ ਆਉਂਦੇ ਨੇ ਬੱਚੇ, ਐਸੀ ਗੱਲ ਨਹੀਂ। ਸਾਡੇ ਕੋਲ ਬਾਸਕਟਬਾਲ, ਬੈਡਮਿੰਟਨ ਔਰ ਆਪਣਾ ਖੋ ਖੋ ਦੇ ਫਿਲਹਾਲ ਬੱਚੇ ਖਿਲਾ ਰਹੇ ਹਾਂ ਅਤੇ ਫੁੱਟਬਾਲ ਵੀ ਟੀਮ ਹੈਗੀ ਸਾਡੇ ਕੋਲ। ਕੀ ਫੈਸਿਲਿਟੀਆਂ ਦਿੰਦੇ ਆਪ ਜੀ ਗੇਮ 'ਚ? ਫੈਸਿਲਿਟੀ ਬੱਚਿਆਂ ਨੂੰ ਸਾਰਾ ਆਪਣਾ ਕੋਰਟ ਸਾਡੇ ਹੈਗੇ, ਖੋ ਖੋ ਦਾ ਕੋਰਟ ਬਣਾਇਆ, ਬਾਸਕਟਬਾਲ ਦਾ ਸੀਮੈਂਟਡ ਕੋਰਟ ਹੈ, ਵਾਲੀਬਾਲ ਦਾ ਕੋਰਟ ਹੈ ਔਰ ਆਪਣਾ ਬੱਚਿਆਂ ਨੂੰ ਗੇਮਸ ਦਾ ਜਿਹੜਾ ਇਕੁਇਪਮੈਂਟਸ ਹੁੰਦੇ ਉਹ ਸਾਰੇ ਪ੍ਰੋਵਾਈਡ ਕਰਾਏ ਜਾਂਦੇ ਨੇ। ਕਿੱਟ ਬੱਚਿਆਂ ਨੂੰ ਦਿੱਤੀ, ਸਾਰਿਆਂ ਨੂੰ ਕੰਪੀਟੀਸ਼ਨ ਅੰਦਰ ਸਕੂਲ ਦੇ ਨਾਮ ਲਿਖਿਆ ਹੋਏ ਤਾਂ ਕਿ ਬੱਚਿਆਂ ਨੂੰ ਅੱਛਾ ਫੀਲ ਹੋਏ, ਇੱਕ ਬੱਚੇ ਅੰਦਰ ਕੌਨਫੀਡੈਂਸ ਆਉਂਦਾ ਜਦੋਂ ਕਿੱਟ ਹੁੰਦੀ ਹੈ ਬੱਚੇ ਕੋਲ। ਤੇ ਆਪ ਜੀ ਬਾਹਰ ਵੀ ਲੈ ਕੇ ਜਾਂਦੇ ਹੋ ਬੱਚਿਆਂ ਨੂੰ ਕਿਤੇ ਗੇਮ ਵਗੈਰਾ? ਦੂਸਰੇ ਸਕੂਲਸ ਦੇ ਨਾਲ ਕੰਪੀਟੀਸ਼ਨ, ਜ਼ੋਨਲ ਮੈਚਸ ਜਾਂਦੇ ਨੇ ਬੱਚੇ ਔਰ ਦੂਸਰੇ ਸਕੂਲਾਂ ਨਾਲ ਵੈਸੇ ਵੀ ਮੈਚ ਹੁੰਦੇ ਨੇ। ਸਾਡਾ ਇੰਟਰ GHPS ਇੱਕ ਟੂਰਨਾਮੈਂਟ ਹੁੰਦਾ ਜਿਹਦੇ ਸਾਡੀ ਸਾਰੀ ਬ੍ਰਾਂਚਸ ਆਪਸ 'ਚ ਮੈਚਸ ਖੇਡਦੇ ਨੇ। 8-10 ਗੇਮਸ ਅਸੀਂ ਟੂਰਨਾਮੈਂਟ ਔਰਗਨਾਈਜ਼ ਹੁੰਦੇ ਨੇ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਡੇ ਮੈਨੇਜਮੈਂਟ ਔਰਗਨਾਈਜ਼ ਕਰਦੀ ਉਹਨੂੰ, ਅਤੇ ਵੈਨਿਊ ਸਾਰੇ ਸਕੂਲ 'ਚ ਅਲੱਗ ਅਲੱਗ ਪੈਂਦੇ ਨੇ। ਅਲੱਗ ਅਲੱਗ ਸਕੂਲ 'ਚ ਜਾਣ 'ਚ ਬੱਚਿਆਂ ਨੂੰ ਕੌਨਫੀਡੈਂਸ ਮਿਲਦਾ ਅਤੇ ਆਪਸ 'ਚ ਕੰਪੀਟੀਸ਼ਨ ਵੀ ਹੁੰਦਾ ਇਹਨਾਂ ਦਾ। ਆਪ ਜੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ?
ਬਸ ਸੰਗਤ ਨੂੰ ਕੀ ਮੈਸੇਜ ਦੇਣਾ ਬੱਚਿਆਂ ਨੂੰ ਥੋੜ੍ਹਾ ਬੈਕਅਪ ਕਰਨ ਸਾਰੇ ਸਕੂਲ ਨੂੰ ਟੀਚਰਸ ਨੂੰ ਇਹੀ ਕਹਿੰਦੇ ਹਾਂ ਕਿ ਸਭ ਬੱਚਿਆਂ ਨੂੰ ਬੈਕਅਪ ਕਰਨ ਜਿੰਨਾ ਜ਼ਿਆਦਾ ਹੋ ਸਕੇ ਬੱਚਾ ਖੇਲੇ ਉਨਾ ਫਿੱਟ ਰਹਿੰਦਾ ਹੈ ਔਰ ਜਿੰਨਾ ਫਿੱਟ ਰਹੇਗਾ ਉਨਾ ਅੱਛਾ ਸਟੱਡੀਜ਼ ਵੀ ਬੱਚਾ ਰਹਿੰਦਾ ਹੈ ਫਿਜ਼ੀਕਲੀ ਫਿੱਟ ਰਹੇਗਾ ਤਾਂ ਅੱਛਾ ਪੜ੍ਹ ਵੀ ਪਾਏਗਾ ਅਤੇ ਖੇਲ ਬੱਚਿਆਂ ਨੂੰ ਜ਼ਰੂਰ ਜਿਹੜਾ ਪ੍ਰੋਤਸਾਹਿਤ ਕਰਨਾ ਚਾਹੀਦਾ ਕਿ ਜਾਏ ਬੱਚਾ ਖੇਲ 'ਚ ਖੇਲੇ ਜ਼ਰੂਰ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਆਪ ਜੀ ਦਾ ਨਾਮ ਦਵਿੰਦਰ ਕੌਰ ਦਵਿੰਦਰ ਮੈਮ ਆਪ ਕੀ ਬੱਚਿਆਂ ਨੂੰ ਗੇਮਸ ਦੇ ਵਿੱਚ ਕਰਵਾਉਂਦੇ ਹਾਂਜੀ ਮੈਂ ਖੋ ਖੋ ਕਰਵਾਉਂਦੀ ਹਾਂ ਬੱਚਿਆਂ ਨੂੰ ਉਹਦੀ ਪ੍ਰੈਕਟਿਸ ਵਗੈਰਾ ਹੁਣ ਸਾਡੇ ਇੰਟਰ ਜੀ ਐਚ ਪੀ ਐਸ ਹੋਇਆ ਸੀਗਾ ਉਹਦੇ ਗਰਲਸ ਫਸਟ ਆਈਆਂ ਸੀ ਅਤੇ ਬੋਆਇਜ਼ ਸੈਕਿੰਡ ਆਏ ਸੀਗੇ ਆਪ ਜੀ ਦਾ ਬੈਕਗਰਾਊਂਡ ਕੀ ਹੈ ਮੈਮ ਮੈਂ ਟੀ ਜੀ ਟੀ ਫਿਜ਼ੀਕਲ ਐਜੂਕੇਸ਼ਨ ਟੀਚਰ ਹਾਂ ਕਿੰਨੇ ਟਾਈਮ ਤੋਂ ਆਪ ਜੀ ਇਸ ਸਕੂਲ ਦੇ ਵਿੱਚ ਮੈਨੂੰ ਹੋ ਗਏ 25 ਸਾਲ ਹੋ ਗਏ ਥੈਂਕ ਯੂ ਮੈਮ ਬਹੁਤ ਵਧੀਆ ਲੱਗਿਆ ਆਪ ਜੀ ਨਾਲ ਮਿਲ ਕੇ ਸਤਿ ਸ਼੍ਰੀ ਅਕਾਲ ਅਸੀਂ ਆਏ ਹੈਗੇ ਹਾਂ ਕੈਮਿਸਟਰੀ ਲੈਬ ਦੇ ਵਿੱਚ ਅਤੇ ਆਓ ਦੇਖਦੇ ਹੈਗੇ ਹਾਂ ਕਿ ਬੱਚਿਆਂ ਨੂੰ ਕਿਸ ਤਰੀਕੇ ਨਾਲ ਕੀ ਐਕਟੀਵਿਟੀ ਕਰਵਾਈ ਜਾਂਦੀ ਹੈ ਔਰ ਮਿਲਦੇ ਹੈਗੇ ਹਾਂ ਮੈਮ ਨੂੰ ਅਤੇ ਪੁੱਛਦੇ ਹਾਂ ਉਹਨਾਂ ਤੋਂ ਕੈਮਿਸਟਰੀ ਬਾਰੇ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਮੈਮ ਆਪ ਜੀ ਦਾ ਨਾਮ ਮੇਰਾ ਨਾਮ ਡਾਕਟਰ ਰਿਤਿਕਾ ਭੰਡਾਰੀ ਮੈਮ ਆਪ ਜੀ ਦਾ ਬੈਕਗਰਾਊਂਡ ਕੀ ਹੈ ਜੀ ਮੈਂ ਇੱਥੇ 25 ਸਾਲਾਂ ਤੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਾਲਜ ਐਚ ਓ ਡੀ ਕੈਮਿਸਟਰੀ ਹਾਂ ਮੈਮ ਕਿਸ ਤਰੀਕੇ ਨਾਲ ਬੱਚਿਆਂ ਨੂੰ ਐਕਟੀਵਿਟੀ ਕਰਵਾਉਂਦੇ ਹੈਗੇ ਉਹ ਦੇਖੋ ਅਸੀਂ ਆਪਣਾ ਮਿਡਲ ਕਲਾਸ ਤੋਂ ਬੱਚਿਆਂ ਨੂੰ ਸਾਰਿਆਂ ਨੂੰ ਐਕਸਪੈਰੀਮੈਂਟਲ ਲਰਨਿੰਗ ਅਤੇ ਨਾ ਜਿਹੜਾ ਐਨ ਈ ਪੀ ਕਹਿ ਰਿਹਾ ਕਿ ਐਕਸਪੀਰੀਅੰਸ਼ੀਅਲ ਲਰਨਿੰਗ ਅਤੇ ਬੱਚਿਆਂ ਨੂੰ ਲੈਬ 'ਚ ਬੁਲਾ ਕੇ ਉਹਨਾਂ ਨੂੰ ਐਕਟੀਵਿਟੀਜ਼ ਕਰਾ ਕੇ ਬੱਚਿਆਂ ਨੂੰ ਅਸੀਂ ਐਕਸਪੀਰੀਅੰਸ ਦਿੰਦੇ ਹਾਂ ਅਤੇ ਬੱਚੋ ਜਦ ਲੈਬ 'ਚ ਆਉਂਦੇ ਨੇ ਉਹ ਆ ਕੇ ਪ੍ਰੈਕਟੀਕਲਸ ਕਰਦੇ ਨੇ ਅਤੇ ਉਹਨਾਂ ਦੀ ਥਿਓਰੀ ਕਨਸੈਪਟਸ ਜਿਹੜੇ ਹੈਗੇ ਉਹ ਵੀ ਬਹੁਤ ਕਲੀਅਰ ਹੋ ਜਾਂਦੇ ਨੇ ਅਤੇ ਬੱਚੇ ਬੜੇ ਖੁਸ਼ ਹੁੰਦੇ ਨੇ ਬਿਕੋਜ਼ ਇੱਥੇ ਆ ਕੇ ਜਦ ਕੈਮੀਕਲਸ ਨਾਲ ਉਹ ਰਿਐਕਟ ਕਰਦੇ ਨੇ ਤਾਂ ਉਹਨਾਂ ਨੂੰ ਸਮਝ ਮੈਂ ਆਉਂਦਾ ਕਿ ਹੋ ਰਿਹਾ ਅਦਰਵਾਈਜ਼ ਕੀ ਹੁੰਦਾ ਬੱਚੇ ਜਸਟ ਥਿਓਰੀ ਬੁੱਕਸ 'ਚ ਪੜ੍ਹਦੇ ਹੈ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਮੈਡਮ ਕਿਹਾ ਕਿ ਇਹ ਕਲਰ ਚੇਂਜ ਆਏਗਾ ਕਿ ਇਹ ਗੈਸ ਨਿਕਲੇਗੀ ਅਤੇ ਬੱਚੇ ਜਦੋਂ ਆ ਕੇ ਐਕਸਪੀਰੀਅੰਸ ਕਰਦੇ ਨੇ ਗੈਸਿਸ ਨੂੰ ਸਮੈਲ ਕਰਦੇ ਨੇ ਬੱਚੇ ਆ ਕੇ ਐਕਸਪੈਰੀਮੈਂਟਸ ਕਰਦੇ ਨੇ ਕਲਰਸ ਵਗੈਰਾ ਦੇਖਦੇ ਨੇ ਅਤੇ ਉਹਦੇ ਨਾਲ ਬੱਚਿਆਂ ਨੂੰ ਕਾਫੀ ਸਮਝ ਆ ਜਾਂਦਾ ਹੈ ਅਤੇ ਅਸੀਂ ਕੀ ਕੋਸ਼ਿਸ਼ ਕਰਦੇ ਹਾਂ ਕਿ ਕਲਾਸ 8ਵੀਂ ਤੋਂ ਲੈ ਕੇ 12ਵੀਂ ਤੱਕ ਬੱਚਿਆਂ ਨੂੰ ਲੈਬ 'ਚ ਲੈ ਕੇ ਆਈਦਾ ਹੈ ਰੈਗੂਲਰ ਉਹਨਾਂ ਦੇ ਐਕਸਪੈਰੀਮੈਂਟਸ ਕਰਾਏ ਜਾਂਦੇ ਨੇ ਬੱਚੇ ਸਾਰਾ ਸਮਝਦੇ ਨੇ ਉਹਨਾਂ ਨੂੰ ਰਿਲੇਟ ਕਰਾਉਂਦੇ ਨੇ ਅਤੇ ਜਿਹੜਾ ਆਪਣਾ ਐਨ ਈ ਪੀ 2020 ਦਾ ਮੋਟੋ ਹੈਗਾ ਕਿ ਬੱਚੇ ਐਕਸਪੀਰੀਅੰਸ ਕਰੇ ਰੋਟ ਮੈਮੋਰਾਈਜੇਸ਼ਨ ਨਾ ਕਰੇ ਲਰਨ ਨਾ ਕਰਕੇ ਜਸਟ ਵੋਮਿਟ ਆਊਟ ਕਰੇ ਐਗਜ਼ਾਮ 'ਚ ਉਹ ਨਹੀਂ ਹੈ ਸਾਡਾ ਆ ਸਾਡਾ ਮੋਟੋ ਇੱਥੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਟ ਕਾਲਨੀ ਵਿੱਚ ਹੈ ਕਿ ਬੱਚਾ ਐਕਸਪੀਰੀਅੰਸ ਕਰੇ ਬੱਚਾ ਸਮਝੇ ਤਾਂ ਕਰਕੇ ਬੱਚਾ ਲਿਖੇ ਤਾਂ ਹੀ ਕਰਕੇ ਸਾਡੇ ਰਿਜ਼ਲਟ ਵੀ ਬਹੁਤ ਚੰਗੇ ਆਏ ਨੇ ਇਸ ਵਾਰ ਮੈਮ ਹੋਰ ਕੀ ਬੱਚਿਆਂ ਨੂੰ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਸੀ ਸਾਡੇ ਕੋਲ ਕੰਪਿਊਟਰ ਲੈਬ ਫਿਜ਼ਿਕਸ ਲੈਬ ਸਾਰੇ ਕੈਮਿਸਟਰੀ ਲੈਬ ਬਾਇਓ ਲੈਬ ਸਾਰੇ ਵੈਲ ਇਕੁਇਪਡ ਨੇ ਸਾਡੇ ਕੋਲ ਬਹੁਤ ਚੰਗੀ ਲਾਇਬ੍ਰੇਰੀਜ਼ ਨੇ ਬੁੱਕਸ ਦਾ ਬਹੁਤ ਅੱਛਾ ਕਲੈਕਸ਼ਨ ਹੈਗਾ ਸਾਡੇ ਕੋਲ ਅਸੀਂ ਸਾਰੇ ਬੱਚਿਆਂ ਨੂੰ ਐਕਸਟਰਾ ਕਰੀਕੂਲਰ ਐਕਟੀਵਿਟੀਜ਼ ਕਰਾਉਂਦੇ ਹਾਂ ਬੱਚਿਆਂ ਨੂੰ ਹੈਲਥ ਐਂਡ ਵੈਲਨੈਸ 'ਤੇ ਪੂਰੀ ਅਵੇਅਰਨੈਸ ਕਰਾਉਂਦੇ ਹਾਂ ਹਰ ਹਫ਼ਤੇ ਇਹਨਾਂ ਦੇ ਸੀ ਸੀ ਏ ਵਰਕ ਐਕਸ ਦੇ ਪੀਰੀਅਡ ਹੁੰਦੇ ਮਿਊਜ਼ਿਕ ਅਸੀਂ ਬੜਾ ਅੱਛਾ ਬੱਚਿਆਂ ਨੂੰ ਸਿਖਾ ਰਹੇ ਹਾਂ ਸਪੋਰਟਸ ਐਕਟੀਵਿਟੀ ਸਕੂਲਸ ਕਰਾ ਰਹੇ ਹਾਂ ਅਸੀਂ ਚਾਹ ਰਹੇ ਹਾਂ ਬੱਚਿਆਂ ਨੂੰ ਹੋਲ 360 ਡਿਗਰੀ ਡਿਵੈਲਪਮੈਂਟ ਦੇਣ ਦਾ ਤਾਂ ਉਹ ਸਾਰਾ ਕੁਝ ਸਾਡੇ ਸਕੂਲਾਂ 'ਚ ਹੋ ਰਿਹਾ ਬਹੁਤ ਚੰਗਾ ਜੀ ਥੈਂਕ ਯੂ ਮੈਮ ਬਹੁਤ ਵਧੀਆ ਲੱਗਿਆ ਆਪ ਜੀ ਨੂੰ ਮਿਲ ਕੇ ਬਹੁਤ ਅੱਛੇ ਤਰੀਕੇ ਨਾਲ ਆਪ ਜੀ ਬੱਚਿਆਂ ਨੂੰ ਗਾਈਡ ਕਰ ਰਹੇ ਹੈਗੇ ਹੋ ਸਤਿ ਸ਼੍ਰੀ ਅਕਾਲ
अब हम आए हैं फिजिक लैब में, तो अब मिलते हैं फिजिक के सर से और उनसे जानते हैं उनके बैकग्राउंड के बारे में और वो फिजिक में बच्चों को कैसे क्या क्या एक्टिविटी करवाते हैं। नमस्कार सर। नमस्कार मैम। आपका नाम सर? मेरा नाम विमल कुमार सिंह है और मैं सर और मैं 94 से यहाँ पे वर्क एज एवर पीजीटी फिजिक्स ज्वाइन किया हुआ। तो आप कौन सी क्लास को फिजिक करवाते हैं, कौन कौन सी? 11th and 12th, क्लास 10th, 11th and 12th। तो सर आप कितने टाइम से यहाँ पर हैं? सर अराउंड मैम 30 इयर्स। यस मैम। तो सर बच्चों को क्या क्या एक्टिविटी करवाते हैं आप फिजिक में? सी बी एस ई प्लानिंग एंड द लर्निंग बाय डूइंग, जैसे होते हैं मैम बच्चे खुद करें परफॉर्म्स, दिस इज द मोर फोकस और बच्चे के मैम स्किल डेवलपमेंट पे ज़्यादा स्ट्रेस देते हैं मैम, दैट इज़ द बेसिक थिंग मैम। बच्चों को समझाने के लिए आप कौन सा अच्छे से अच्छा मेथड अपनाते हैं कि बच्चों को समझ आ सके? एक तो होता है मैम लर्निंग बाय डूइंग, जैसे कहावत है मैम कि बच्चे खुद करते हैं मैम, आई विल एक्सप्लेन ऑन द ब्लैक बोर्ड, जैसे मैं बता दिया मैंने मैम, उसके बाद बच्चे खुद परफॉर्म करते, देन अगेन आई रेक्टिफाई इट कि मैं चेक करता हूँ बच्चे कर पाते हैं, 99.9% दे आर वेल परफॉर्म्ड मैम, दे आर डूइंग। सर क्लास में बच्चों को क्या क्या फैसिलिटी दी जाती हैं आप? क्लास में बच्चों को मैम एक तो हमने बुक्स रेफरेंस देते हैं मैम, असाइनमेंट्स प्रोवाइड करते रहते हैं मैम, वीडियोस हमने बच्चों को शेयर करते हैं मैम, तो इस तरह के जितने भी टेक्नोलॉजी के साथ बच्चों को डेवलप करते हैं, इवन देन सैम्पल पेपर है, सी बी एस ई करिकुलम कैसे वो डेवलप करते रहते हैं मैम। थैंक यू सर, बहुत अच्छा लगा आपसे मिलके और आप बच्चों को अच्छे से गाइड कर रहे हैं। थैंक यू सर। ਅਸੀਂ ਆਏ ਹੈਗੇ ਹਾਂ ਬਾਇਓਲੈਬ ਦੇ ਵਿੱਚ ਅਤੇ ਆਓ ਜਾਣਦੇ ਹੈਗੇ ਹਾਂ ਬਾਇਓਲੈਬ ਦੀ ਮੈਮ ਦੇ ਬਾਰੇ ਔਰ ਉਹਨਾਂ ਤੋਂ ਪੁੱਛਦੇ ਹਾਂ ਕਿ ਉਹ ਬੱਚੇ ਨੂੰ ਕਿਸ ਤਰੀਕੇ ਨਾਲ ਕੀ ਐਕਟੀਵਿਟੀ ਕਰਵਾਉਂਦੇ ਹੈ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਮੈਮ ਆਪ ਜੀ ਦਾ ਨਾਮ? ਮੇਰਾ ਨਾਮ ਵਿਨੀਸ਼ਾ ਹੈ। ਮੈਮ ਆਪ ਜੀ ਯਹਾਂ ਆਪਕਾ ਬੈਕਗ੍ਰਾਉਂਡ ਕਿਆ ਹੈ? ਮੈਂ ਐੱਮ ਐੱਸ ਸੀ ਬਾਇਓ ਕੈਮਿਸਟਰੀ ਹੂੰ, ਮੈਂ ਯਹਾਂ ਪੇ ਬੱਚੋਂ ਕੋ ਬਾਇਓਲੋਜੀ ਪੜ੍ਹਾਤੀ ਹੂੰ, ਪਲਾਂਟ ਐਨੀਮਲ ਬਾਇਓਟੈਕ ਬਾਇਓਟੈਕ। ਕਿੰਨੇ ਟਾਈਮ ਸੇ ਆਪ ਯਹਾਂ ਪਰ? ਮੁਝੇ ਯਹਾਂ 4 ਸਾਲ ਸੇ ਜ਼ਿਆਦਾ ਹੋ ਗਿਆ ਹੈ। तो मैम आप बायो में बच्चों को क्या क्या एक्टिविटी करवाते हैं? मैं बायो में यहाँ पे मैं 10th, 11th, 12th को पढ़ाती हूँ। 10th, 11th, 12th में सबकी अपने अपने प्रैक्टिकल्स हैं, जैसे 10th में हम बच्चों को स्टोमेटा लीफ एक्सट्रैक्शन, उनके रिप्रोडक्शन, उनके रेस्पिरेशन प्रोसेस के बारे में पढ़ाते हैं। 11th क्लास में हम उनके बायो मॉलिक्यूल्स के स्पेशलाइजेशन कराते हैं, जिसमें हम फैट प्रोटीन एनालिसिस कराते हैं, हम यूरिन में शुगर ढूंढना सिखाते हैं उन्हें, और उसके अलावा हम उनके स्टोमेटल इंडेक्स वगैरह और बाकी हम टाइप ऑफ ऑर्गेनिजम्स के बारे में, जैसे एक्वेटिक और जीरोफिटिक एनिमल्स, इनके बारे में बताते हैं। क्लास 12th में जो है उसमें हम स्लाइवरी माइलेस के बारे में बताते हैं, जिसमें बच्चे जो है स्लाइवर से अपने जो हमारे इंजाइम्स हमारे स्लाइवर में प्रेजेंट होते हैं उनका क्या रोल है वो जान सकते हैं। हम उन्हें डीएनए एक्सट्रैक्शन के बारे में बताते हैं, हम उन्हें जो सेल डिविजन्स हैं उनके बारे में हम स्लाइड की प्रिपरेशन कराते हैं। वी हैव पॉलन ग्रेन एक्सपेरिमेंट एज वेल। सो एक्चुअली स्टूडेंट गेट सो एक्साइटेड, इट एक्चुअली बहुत अच्छा एक्सपीरियंस है। जब वो प्रैक्टिकल करते हैं तो उनकी लर्निंग पावर बढ़ती है, इट एक्चुअली मोटिवेट देम एंड उनमें साइंटिफिक एप्टीट्यूड बनता है और दे एक्चुअली लर्न इट, उनको आगे कैपेबिलिटीज़ उनकी बढ़ती है और उनमें एक एक्साइटमेंट एक मोटिवेशन भी आता है। मैम आप बच्चों को क्या अच्छे से अच्छा मेथड उपयोग करते हैं कि बच्चों को समझ आ सके और आपको किस तरीके से पता लगता है कि बच्चों को समझ आ रही है वो चीज़? मैम यहाँ लैब में वी हैव वेरियस मॉडल्स, आप देख सकते हैं बहुत सारे हमारे पर डिस्प्लेज हैं, हमारे पर स्लाइड प्रिपरेशन है। मैं मेनली यहाँ पर डेमोस्ट्रेशन मॉडलिंग बच्चों को बताती हूँ, जिसमें थ्योरी नॉट ओनली इंक्लूड द लेक्चर मेथड। डेमोस्ट्रेशन में हमारे पास जो भी मॉडल होता है, जिस तरीके से हमारे पास स्लाइड्स होती हैं, हम उस तरीके से बच्चों को सिखाते हैं। थैंक यू मैम, बहुत अच्छा लगा आपसे मिलके। थैंक यू सो मच मैम। थैंक यू।
afternoon. I'm Pushpinder Kaur, teaching here since 17 years. And I'm a student, I'm an ex-student of the school also. Having a great experience. Learned a lot from this school and imparting a knowledge since so long is a great experience here. Thank you. मैम, बच्चों को अच्छे से अच्छा समझाने के लिए आप कौन सा मेथड उपयोग करते हैं? We try the playway method. We try to teach them. We use all the methods, bookish knowledge, everything we try to teach them with the playway methods mostly. Thank you मैम, बहुत अच्छा लगा आपसे मिलके. ਸਤਿ ਸ਼੍ਰੀ ਅਕਾਲ, ਹੁਣ ਅਸੀਂ ਆਏ ਹੈਗੇ ਹਾਂ ਮੈਥ ਦੀ ਟੀਚਰ ਕੋਲ ਅਤੇ ਆਓ ਜਾਣਦੇ ਹੈਗੇ ਹਾਂ ਉਹ ਮੈਥ ਦੇ ਵਿੱਚ ਬੱਚਿਆਂ ਨੂੰ ਕਿਸ ਤਰੀਕੇ ਨਾਲ ਕੀ ਕੀ ਐਕਟੀਵਿਟੀ ਕਰਵਾਉਂਦੇ ਹੈਗੇ ਨੇ ਔਰ ਉਹਨਾਂ ਬਾਰੇ ਜਾਣਦੇ ਹੈਗੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ, ਆਪ ਜੀ ਦਾ ਨਾਮ? ਮੇਰਾ ਨਾਮ ਬਲਜਿੰਦਰ ਕੌਰ। ਬਲਜਿੰਦਰ ਮੈਮ, ਆਪ ਜੀ ਦਾ ਬੈਕਗਰਾਊਂਡ ਕੀ ਹੈਗਾ? ਮੈਂ MSc ਮੈਥਸ ਕੀਤੀ ਹੋਈ ਹੈ ਔਰ ਮੈਨੂੰ ਇਸ ਸਕੂਲ 'ਚ ਪੜ੍ਹਾਉਂਦੇ ਆ 33 ਈਅਰਸ ਹੋ ਗਏ ਨੇ ਔਰ ਮੈਂ ਮੈਕਸੀਮਮ 10th ਔਰ 12th ਕਲਾਸ ਬੋਰਡ ਕਲਾਸਿਸ ਲੈ ਰਹੀ ਹਾਂ। मैम, आप जी मैथ्स दे विच की मैथड उपयोग करते हो कि बच्चे नू अच्छे तो अच्छा समझ आ सके? बच्चों के वास्ते सिंपल बेसिक मैथड तो स्टार्ट करके और बच्चों के अंदरों ही असी कोशिश करते हैं कि बच्चे रिस्पोंस फुली तरीके नाल विजिबल ऑडियो विजुअल भी असी यूज़ कर लेने कई बार और बच्चों तो मैक्सिमम जिन्ना बच्चों तो निकलवा सकते हैं कंसैप्ट क्लीयर कर दिया और एक्टिविटीज़ भी करवाई दी है मैथ्स विच एक्टिविटी बेस्ड भी करवाई दी है थ्योरम्स वगैरह सारे प्रूफ। मैम, बच्चों नू आप जी की फैसिलिटियां देंदे हो मैथ्स की बच्चों नू अच्छे तो अच्छा समझ आ सके और आप जी नू किवें पता लगता है कि बच्चों नू समझ आ रहे हैं? बच्चों नू पहले कंसैप्ट अच्छी तरह समझाने तो बाद उन्हां तो रिविजन टैसट लेते हैं ओरल टैसट लैंने असी उस तो बाद बच्चों की डाउट क्लासिज रैगूलर लेंदे रहने उस असाइनमेंट्स प्रॉपरली वीकली दित्तियां जांदियां प्रॉपर चैक हुंदे बच्चों के वीक पॉइंट्स कलैक्ट करते हैं उस तो बाद पेरेंट्स और बच्चों की काउंसलिंग करी दी है। थैंक यू मैम, बहुत वधिया लगे आप जी नू मिलके। सत श्री अकाल। सत श्री अकाल। ਹੁਣ ਅਸੀਂ ਆਏ ਹੈਗੇ ਹਾਂ ਸੋਸ਼ਲ ਸਾਇੰਸ ਦੀ ਮੈਮ ਕੋ ਅਤੇ ਆਓ ਉਹਨਾਂ ਤੋਂ ਜਾਣਦੇ ਹੈਗੇ ਹਾਂ ਉਹਨਾਂ ਬਾਰੇ ਅਤੇ ਅਸੀਂ ਪੁੱਛਦੇ ਹਾਂ ਉਹਨਾਂ ਤੋਂ ਕਿ ਬੱਚਿਆਂ ਨੂੰ ਕਿਸ ਤਰੀਕੇ ਨਾਲ ਕੀ ਕਰਵਾਉਂਦੇ ਹੈਗੇ। ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ, ਆਪ ਜੀ ਦਾ ਨਾਮ? ਮੇਰਾ ਨਾਮ ਹਰਪ੍ਰੀਤ ਕੌਰ ਹੈ। ਮੈਂ ਹਰਪ੍ਰੀਤ ਮੈਮ, ਆਪ ਜੀ ਦਾ ਬੈਕਗਰਾਊਂਡ ਕੀ ਹੈਗਾ? ਮੈਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਡ ਕਾਲੋਨੀ 'ਚ 2001 ਤੋਂ ਪੜ੍ਹਾ ਰਹੀ ਹਾਂ ਔਰ ਸੋਸ਼ਲ ਸਾਇੰਸ ਮੇਰਾ ਸਬਜੈਕਟ ਹੈ ਔਰ ਓਵਰਆਲ ਡਿਵੈਲਪਮੈਂਟ ਸਕੂਲ 'ਚ ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਿਆਂ ਦੀ ਅੱਛੀ ਤੋਂ ਅੱਛੇ ਹੋਏ। ਅਤੇ ਮੈਮ, ਆਪ ਜੀ ਕਿਹੜੀ ਕਿਹੜੀ ਕਲਾਸ ਨੂੰ ਪੜ੍ਹਾਉਂਦੇ? ਮੈਂ 8th, 9th, 10th ਸੋਸ਼ਲ ਸਾਇੰਸ। ਮੈਮ, ਆਪ ਜੀ ਕੀ ਮੈਥਡ ਉਪਯੋਗ ਕਰਦੇ ਹੋ ਕਿ ਬੱਚੇ ਨੂੰ ਅੱਛੇ ਤੋਂ ਅੱਛਾ ਸਮਝ ਆ ਸਕੇ ਅਤੇ ਔਰ ਆਪ ਜੀ ਨੂੰ ਕਿਵੇਂ ਪਤਾ ਲੱਗਦਾ ਕਿ ਬੱਚੇ ਸਮਝ ਆ ਰਿਹਾ ਉਸ ਚੀਜ਼? ਕੰਪੀਟੈਂਸੀ ਬੇਸਡ ਹੁੰਦਾ ਮੀਨਸ ਸਾਰਾ ਕੁਝ ਸਾਡਾ ਜਿਵੇਂ ਕਿ NEP ਵਿੱਚ ਇੰਟਰੋਡਿਊਸ ਕੀਤਾ ਗਿਆ ਸਾਨੂੰ ਅਪ ਟੂ ਡੇਟ ਕੀਤਾ ਗਿਆ ਕੰਪੀਟੈਂਸੀ ਬੇਸਡ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਨੂੰ ਪੜ੍ਹਾ ਰਹੇ ਹਾਂ। ਪਲੇਵੇ ਮੈਥਡਸ ਹੁੰਦੇ ਨੇ ਔਰ ਬੱਚਿਆਂ ਨੂੰ ਬੋਰਿੰਗ ਨਾ ਲੱਗੇ ਇਸ ਤਰ੍ਹਾਂ ਦਾ ਮੈਥਡ ਅਡੋਪਟ ਕੀਤਾ ਜਾਂਦਾ। ਅਤੇ ਮੈਮ, ਬੱਚਿਆਂ ਨੂੰ ਕੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਕਲਾਸ 'ਚ? ਬੱਚਿਆਂ ਨੂੰ ਪ੍ਰੋਪਰ ਮੈਪ ਵਰਕ ਹੁੰਦਾ, ਐਕਟੀਵਿਟੀਜ਼ ਹੁੰਦੀਆਂ ਨੇ, ਕੋ ਕੁਰੀਕੁਲਰ ਐਕਟੀਵਿਟੀਜ਼ ਨੇ ਸਾਡੇ ਕੋਲ, ਸਭ ਕੁਝ ਇਸ ਤਰ੍ਹਾਂ। ਥੈਂਕ ਯੂ ਮੈਮ, ਬਹੁਤ ਵਧੀਆ ਲੱਗਿਆ ਆਪ ਜੀ ਨੂੰ ਮਿਲ ਕੇ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅਸੀਂ ਆਏ ਹੈਗੇ ਹਾਂ ਲਾਇਬ੍ਰੇਰੀ ਦੇ ਵਿੱਚ ਅਤੇ ਆਓ ਜਾਣਦੇ ਹੈਗੇ ਹਾਂ ਮੈਮ ਨੂੰ ਮਿਲਦੇ ਹੈਗੇ ਹਾਂ ਔਰ ਪੁੱਛਦੇ ਹੋਣਾ ਕਿ ਲਾਇਬ੍ਰੇਰੀ ਵਿੱਚ ਕਿਹੜੀ ਕਿਹੜੀ ਬੁੱਕਸ ਪ੍ਰੋਵਾਈਡ ਕਰਦੇ ਬੱਚਿਆਂ ਨੂੰ ਔਰ ਕਿਸ ਤਰੀਕੇ ਨਾਲ ਕੀ ਕੀ ਐਕਟੀਵਿਟੀ ਹੁੰਦੀ ਹੈ। ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ, ਆਪ ਜੀ ਦਾ ਨਾਮ? ਹਰਪ੍ਰੀਤ, ਹਰਪ੍ਰੀਤ ਕੌਰ। ਹਰਪ੍ਰੀਤ ਮੈਮ, ਆਪ ਜੀ ਦਾ ਬੈਕਗਰਾਊਂਡ ਕੀ ਹੈਗਾ? ਬੈਕਗਰਾਊਂਡ ਮੈਂ ਇੱਥੋਂ ਦੀ, ਮੈਨੂੰ 25 ਈਅਰਸ ਹੋ ਗਏ ਇੱਥੇ ਜੋਬ ਕਰਦੇ ਹੋਏ। ਇਸ ਸਕੂਲ ਤੋਂ ਮੇਰੀ ਸਟਾਰਟਿੰਗ ਹੋਈ ਸੀ ਅਤੇ ਐਜ਼ ਅ ਲਾਇਬ੍ਰੇਰੀਅਨ।
ਤੇ ਮੈਮ ਆਪ ਜੀ ਲਾਇਬ੍ਰੇਰੀ 'ਚ ਕੀ ਕਰਵਾਉਂਦੇ ਹੈਗੇ ਬੱਚੇ? ਬੱਚਿਆਂ ਨੂੰ ਸਟੋਰੀ ਬੁੱਕਸ ਦੇ ਦਿੱਤੀਆਂ ਨੇ, ਬੁੱਕ ਰਿਵਿਊਜ਼ ਲਿਖਣ ਵਾਸਤੇ ਦਿੱਤੇ ਜਾਂਦੇ ਨੇ, ਪੜ੍ਹਨ ਵਾਸਤੇ ਇਸ਼ੂ ਵੀ ਕੀਤੀ ਜਾਂਦੀਆਂ ਬੁੱਕਸ, ਰੈਫਰੈਂਸ ਬੁੱਕਸ ਵੀ ਦਿਖਾਈ ਜਾਂਦੀਆਂ ਬੱਚਿਆਂ ਨੂੰ। ਲਾਇਬ੍ਰੇਰੀ ਵਿੱਚ ਕਿਹੜੀ ਕਿਹੜੀ ਬੁੱਕਸ ਵਗੈਰਾ ਨੇ ਆਪ ਜੀ ਕੋਲ? ਹਰ ਤਰ੍ਹਾਂ ਦੀ ਬੁੱਕਸ ਨੇ, ਹਿੰਦੀ, ਇੰਗਲਿਸ਼, ਪੰਜਾਬੀ, ਹਰ ਤਰ੍ਹਾਂ ਦੀ ਬੁੱਕਸ ਨੇ। ਰੈਫਰੈਂਸ ਦੀ ਬੁੱਕਸ ਵੀ ਦਿੱਤੀਆਂ ਜਾਂਦੀਆਂ ਨੇ, ਸਟੋਰੀ ਬੁੱਕਸ ਵੀ ਦਿੱਤੀ ਜਾਂਦੀਆਂ ਨੇ, ਜਰਨਲ ਬੁੱਕਸ ਵੀ ਦਿੱਤੀਆਂ ਜਾਂਦੀਆਂ ਨੇ, ਵੈਲਿਊਜ਼ ਵਾਲੀ ਬੁੱਕਸ ਵੀ ਦਿੱਤੀ ਜਾਂਦੀਆਂ ਨੇ, ਜਰਨਲ ਟੌਪਿਕਸ ਦੇ ਜਿੰਨੇ ਵੀ ਹੈਗੇ ਨੇ ਦਿੱਤੀਆਂ ਜਾਂਦੀਆਂ ਬੁੱਕਸ। ਮੇਨਲੀ ਸਟੋਰੀ ਬੁੱਕਸ ਪੜ੍ਹਦੇ ਨੇ ਬੱਚੇ, ਉਹਦੇ 'ਚ ਜ਼ਿਆਦਾ ਇੰਟਰਸਟ ਲੈਂਦੇ। ਨੋਵਲਸ ਵੀ ਹੈਗੇ ਨੇ, ਜਿਵੇਂ ਫਿਕਸ਼ਨ ਦੀ ਬੁੱਕਸ ਹੈਗੀਆਂ ਸਾਡੇ ਕੋਲ, ਸਭ ਪੜ੍ਹਦੇ ਨੇ। ਮੈਮ ਜਿਸ ਤਰ੍ਹਾਂ ਆਪਣੇ ਸਿੱਖ ਬੱਚੇ ਨੇ ਅਤੇ ਔਰ ਆਪਣੇ ਜਿਸ ਤਰ੍ਹਾਂ ਕਈ ਬੱਚੇ ਹੁੰਦੇ ਆ ਜਿਹਨੇ ਬੁੱਕਸ ਵਗੈਰਾ ਨਹੀਂ ਲੈ ਸਕਦੇ, ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਆਪ ਜੀ ਬੁੱਕਸ ਵਗੈਰਾ ਦਾ ਕਰਵਾਉਂਦੇ ਹੈਗੇ? ਉਹਨਾਂ ਵਾਸਤੇ ਅਸੀਂ ਅਲੱਗ ਤੋਂ ਬੁੱਕ ਬੈਂਕ ਬਣਾਇਆ ਹੋਇਆ। ਜਿਵੇਂ ਕੋਈ ਬੱਚਾ ਜਿਵੇਂ 7th ਕਲਾਸ 'ਚ ਗਿਆ, ਉਹਨਾਂ ਨੂੰ ਬੋਲ ਦਿੰਦੇ ਹਾਂ ਕਿ ਤੁਸੀਂ ਆਪਣੀ 6th ਕਲਾਸ ਦੀ ਬੁੱਕਸ ਜਿਹੜੀ ਹੈਗੀ ਲਾਇਬ੍ਰੇਰੀ ਡੋਨੇਟ ਕਰ ਦਿਉ। ਉਹਨਾਂ ਵਾਸਤੇ ਅਸੀਂ 3 ਕੋਲਮਸ ਬਣਾਏ ਉਹਨੇ ਸਾਹਮਣੇ, ਅਤੇ ਉਹ ਅਸੀਂ ਉਹਨਾਂ ਨੂੰ ਜਿਹੜੀ ਕਲਾਸ ਦੇ ਬੱਚੇ ਆਉਂਦੇ ਨੇ ਉਹਨਾਂ ਨੂੰ ਡੋਨੇਟ ਕਰਦੇ ਹਾਂ ਅਸੀਂ। थैंक यू मैम, बहुत अच्छा लगे कि लाइब्रेरी से आप बहुत सारी बुक्स वगैरह ने और काफ़ी अच्छे बच्चों को ट्रीट कर दे गए हो। सत श्री अकाल। थैंक यू वेरी मच। ਅਸੀਂ ਆਏ ਹੈਗੇ ਹਾਂ ਸੋਸ਼ਲ ਸਾਇੰਸ ਦੇ ਮੈਮ ਕੋਲ, ਅਤੇ ਆਓ ਜਾਣਦੇ ਉਹਨਾਂ ਕੋਲ ਕਿ ਬੱਚਿਆਂ ਨੂੰ ਕਿਸ ਤਰੀਕੇ ਨਾਲ ਕੀ ਐਕਟੀਵਿਟੀ ਕਰਵਾਉਂਦੇ ਆ ਔਰ ਬੱਚਿਆਂ ਨੂੰ ਕਿਹੜੀ ਕਿਹੜੀ ਕਲਾਸ ਨੂੰ ਕਰਵਾਉਂਦੇ ਆ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਮੈਂ ਮਨਦੀਪ ਕੌਰ। ਆਪ ਜੀ ਦਾ ਨਾਮ? ਹਾਂਜੀ, ਮੈਂ ਮਨਦੀਪ ਕੌਰ। ਮੈਮ ਆਪ ਜੀ ਦਾ ਬੈਕਗਰਾਊਂਡ? ਮੈਂ ਪਿਛਲੇ 22 ਸਾਲ ਤੋਂ ਇਸ ਸਕੂਲ 'ਚ ਹੈਗੀ ਹਾਂ ਔਰ ਮੇਰਾ ਟੀ ਜੀ ਟੀ ਸੋਸ਼ਲ ਸਾਇੰਸ ਹੂੰ। 9th-10th ਨੂੰ ਸੋਸ਼ਲ ਸਾਇੰਸ ਪੜ੍ਹਾਉਣੀ, 11th-12th ਨੂੰ ਹਿਸਟਰੀ ਪੜ੍ਹਾਉਂਦੇ ਹਾਂ। ਅਤੇ ਮੈਮ ਆਪ ਜੀ ਕਿਸ ਤਰੀਕੇ ਨਾਲ ਕੀ ਮੈਥਡ ਉਪਯੋਗ ਕਰਦੇ ਹੋ ਕਿ ਬੱਚਿਆਂ ਨੂੰ ਅੱਛੇ ਤੋਂ ਅੱਛਾ ਸਮਝ ਆ ਸਕੇ? ਅਸੀਂ ਸਭ ਤੋਂ ਇੰਪੋਰਟੈਂਟ ਤਾਂ ਇਹ ਹੁੰਦਾ ਕਿ ਆਡੀਓ ਵਿਜੂਅਲ ਯੂਟਿਊਬ ਦਾ ਉਹਨਾਂ ਨੂੰ ਐਗਜ਼ਾਮਪਲਸ ਦਿੰਦੇ ਹਾਂ, ਔਰ ਉਹਦੇ ਬਾਅਦ ਅਸੀਂ ਮੈਪ ਵਰਕ ਨਾਲ, ਜੋ ਸਭ ਤੋਂ ਜ਼ਰੂਰੀ ਹੈ ਸੋਸ਼ਲ ਸਾਇੰਸ ਵਾਸਤੇ ਬੱਚਿਆਂ ਵਾਸਤੇ, ਮੈਪ ਦੀ ਹੈਲਪ ਲੈਂਦੇ ਹੈਗੇ ਹਾਂ। ਬੱਚਿਆਂ ਨੂੰ ਰੋਲ ਪਲੇ ਮਾਡਲਸ ਜਿੱਦਾਂ ਮੁਗਲ ਐਮਪਾਇਰ ਤੋਂ ਰਿਲੇਟਡ ਹੈਗੇ, ਰੋਲ ਪਲੇ ਦੀ ਹੈਲਪ ਲੈ ਕੇ ਬੱਚਿਆਂ ਨੂੰ ਕਰੈਕਟਰਸ ਦਾ ਜਿਹੜਾ ਹੈਗਾ ਆ ਪਲੇ ਕਰਦੇ ਆ ਉਹ, ਐਂਡ ਦੇ ਅੰਡਰਸਟੈਂਡ ਆਲ ਦੋਜ਼ ਥਿੰਗਸ ਦੈਟ ਵੇ। ਕੀ ਐਕਟੀਵਿਟੀ ਕਰਵਾਈ ਜਾਂਦੀ ਹੈ ਕਲਾਸ 'ਚ? ਕਲਾਸ 'ਚ ਅਸੀਂ ਉਹੀ ਮੈਪ ਵਰਕ ਕਰਵਾਈਦਾ ਹੈਗਾ ਆ, ਰੋਲ ਪਲੇ ਹੈਗਾ ਆ, ਔਰ ਬੱਚੇ ਜਿਹੜੇ ਹੈ ਆਪਣੇ ਆਪ ਨੂੰ ਪ੍ਰੈਜੈਂਟ ਕਰਨ ਲਈ ਕੋਈ ਵੀ ਉਹਨਾਂ ਨੂੰ ਜਿੱਦਾਂ ਟੋਪਿਕ ਦੇ ਦਿੱਤਾ, ਕੋਈ ਕਰੈਕਟਰ ਹੈ ਜਿੱਦਾਂ ਨੈਸ਼ਨਲਿਜ਼ਮ ਇਨ ਯੂਰਪ ਹੈ ਸਪੋਜ਼, ਤਾਂ ਉਹਨਾਂ ਨੂੰ ਕੋਈ ਵੀ ਇੱਕ ਯੂਰੋਪੀਅਨ ਕਰੈਕਟਰ ਦੇ ਦਿੱਤਾ ਜਾਂਦਾ, ਮਜ਼ੀਨੀ ਹੈ ਤਾਂ ਉਹਨੂੰ ਬਤਾ ਦਿੱਤਾ ਜਾਂਦਾ ਦੈਟ ਯੂ ਹੈਵ ਟੂ ਰਿਪ੍ਰਜੈਂਟ ਯੂਅਰ ਸੈਲਫ ਲਾਈਕ ਦੈਟ ਕਰੈਕਟਰ। ਉਹ ਇਹਦਾ ਨੂੰ ਹੈਲਪ ਕਰਾਇਆ ਜਾਂਦਾ, ਰੀਡਿੰਗ ਕਰਾਈ ਜਾਂਦੀ ਹੈ ਵਿਦ ਦਾ ਹੈਲਪ ਦੈਨ ਕੁਸ਼ਚਨ ਆਨਸਰਸ ਐਂਡ ਆਲ ਅਦਰ ਥਿੰਗਸ। ਥੈਂਕ ਯੂ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਆਪ ਜੀ? ਮੈਂ ਗੁਰਪ੍ਰੀਤ ਢੀਂਗਰਾ। ਗੁਰਪ੍ਰੀਤ ਮੈਮ, ਆਪ ਜੀ ਦਾ ਬੈਕਗਰਾਊਂਡ ਕੀ ਹੈਗਾ? ਸੀ ਮੈਮ, ਹੁਣ ਮੈਂ ਰਿਟਾਇਰ ਹੋਣ ਵਾਲੀ ਹਾਂ। ਆਈ ਹੈਵ ਸਰਵਡ ਹੇਅਰ ਇਨ ਦਿਸ ਸਕੂਲ ਫੋਰ ਲਾਸਟ 30 ਈਅਰਸ, ਐਂਡ ਆਈ ਹੈਵ ਸੀਨ ਦਿਸ ਸਕੂਲ ਗਰੋ, ਐਂਡ ਵੀ ਆਈ ਵਾਜ ਅਪੋਇੰਟਡ ਇਨ ਸਾਕੇਤ ਬ੍ਰਾਂਚ ਐਂਡ ਵੀ ਮੂਵਡ ਹੇਅਰ, ਐਂਡ ਸਿੰਸ ਦੈਨ ਆਈ ਹੈਵ ਸੀਨ ਦਿਸ ਸਕੂਲ ਗਰੋ। ਅਤੇ ਮੈਮ ਆਪ ਜੀ ਬੱਚਿਆਂ ਨੂੰ ਕਿਹੜੀ ਕਿਹੜੀ ਕਲਾਸ ਨੂੰ ਸਬਜੈਕਟ ਕਰਵਾਉਂਦੇ ਔਰ ਕਿਹੜਾ ਕਰਵਾਉਂਦੇ? ਮੈਂ 11th-12th ਲੈਂਦੀ ਹਾਂ, ਐਂਡ ਇੰਗਲਿਸ਼ ਇਸ ਮਾਈ ਸਬਜੈਕਟ। ਮੈਮ ਇੰਗਲਿਸ਼ ਦੇ ਵਿੱਚ ਬੱਚਿਆਂ ਨੂੰ ਕੀ ਕੀ ਐਕਟੀਵਿਟੀ ਕਰਵਾਉਂਦੇ ਔਰ ਬੱਚਿਆਂ ਨੂੰ ਕਿਸ ਤਰੀਕੇ ਨਾਲ ਸਮਝਾਉਂਦੇ ਹੋ ਕਿ ਬੱਚਿਆਂ ਨੂੰ ਅੱਛੇ ਤੋਂ ਅੱਛਾ ਸਮਝ ਆ ਸਕੇ? ਹਾਂਜੀ, ਸੇ ਵਾਟ ਆਈ ਡੂ ਲਾਈਕ ਵਾਟ ਵੀ ਜਨਰਲੀ ਡੂ ਇਸ ਕਿ ਵੀ ਟੇਕ ਅਪ ਦਾ ਟੋਪਿਕਸ ਜਿਹੜੇ ਬੱਚੇ ਰਿਲੇਟ ਕਰ ਸਕਦੇ ਨੇ। ਸੋ ਅੱਜ ਕੱਲ੍ਹ ਚੱਲਣਾ ਕੁਆਈਟ ਐਕਸਪੋਜ ਟੂ ਸੋਸ਼ਲ ਮੀਡੀਆ, ਸੋ ਮੋਸਟ ਆਫ ਦ ਟਾਈਮ ਆਈ ਟੇਕ ਦ ਹੈਲਪ ਆਫ ਸੋਸ਼ਲ ਮੀਡੀਆ। ਆਈ ਕੋਟ ਦੈਮ ਦ ਐਗਜ਼ਾਮਪਲਸ ਕਿ ਇਹ ਵਾਲੀ ਵੀਡੀਓ ਦੇਖ ਲਓ, ਯੇ ਦੇਖੋ, ਐਂਡ ਰਿਲੇਟੇਬਲ ਸਿਚੁਏਸ਼ਨਸ ਹੋਤੀ ਹੈ ਜੋ ਉਨਕੋ ਮੂਵੀਜ਼ ਸੇ ਵੀ ਹਮ ਲੈ ਕੇ ਦੇਤੇ ਹੈ ਐਂਡ ਸੋਸ਼ਲ ਮੀਡੀਆ ਸੇ ਵੀ ਲੇਤੇ ਹੈ, ਐਂਡ ਦੇ ਦੈਨ ਸਟਾਰਟ ਕਨੈਕਟਿੰਗ। ਕੋਈ ਇੱਕ ਸਿਚੁਏਸ਼ਨ ਹੈ, ਦੇ ਆਰ ਏਬਲ ਟੂ ਕਨੈਕਟ ਵਿਦ ਇਟ ਬਿਕੋਜ ਦੈਟ ਇਜ਼ ਅ ਸਿਚੁਏਸ਼ਨ relatable to them because same thing is happening with them also. Suppose for example, ek hame youth ki kya problem hai, hai na, youth mein idol worship hai, so there is one chapter and then usko samjhane ke liye we tell them ki okay, go watch certain movie or read the certain kind of a literature,
जिसमें आपको पता चलेगा कि हाउ आइडल वर्शिप इज़ गुड और इज़ इट नॉट गुड फॉर यू. सो इट्स लाइक दैट वी क्रिएट अ सिचुएशन फॉर देम. थैंक यू मैम, बहुत अच्छा लगा आपसे मिलके. थैंक यू मैम. सत श्रीकाल जी. मैम आप जी का नाम? मेरा नाम जसवीन कौर, मैं PGT पंजाबी हाँ. मैं इत्थे पंजाबी 2003 तो पढ़ा रही हाँ, ते 9th, 10th, 11th, 12th क्लासा पढ़ा रही हाँ. मैम किस तरीके ना आप जी समझाते हो कि बच्चों अच्छे तो समझ आ सके? बच्चों असी बहुत ही स्टोरी दे अपने शब्दों में समझाते हैं, होर बाहर दो एग्जाम्पल दे के बच्चों उस दे नाल रिलेट करने की कोशिश करते हैं. साढ़े स्कूल विच बच्चे 11th विच भी न्यू एडमिशन लेंदे ने, उन्हां नू पंजाबी नहीं आती है, तो असी उन्हां नू शुरू तो अल्फाबैट्स उन्हां नू सिखाते हैं और कोशिश करते हैं कि उन्हां नू ज़्यादा तो ज़्यादा असी पंजाबी दे नाल असी उन्हां नू बच्चों नू जोड़ सकीए. जिन्हां नू नहीं आती उन्हां नू पूरी पंजाबी आराम नाल आ जाती है. मैम जिस तरह अपने सिख कौम के बच्चे तो पढ़ते ही है, तो अदर कास्ट के भी बच्चे, अदर कौम के भी बच्चे इतने पढ़ते हैं, उन्होंने किस तरीके समझाते हो? उन्होंने असं क्या कहते हैं, पूरी असी सिखी बारे समझाते हैं, उन्होंने सिखी नाल जोड़न की कोशिश करते हैं. डिविनिटी भी असी डिविनिटी के कॉम्पीटिशन होंगे ने साढ़े स्कूल, ज़्यादा बच्चे जोड़े ने नॉन सिख है वह भी उन्होंने भी बहुत अच्छी तरह साढ़े सिख मर्यादा बारे पता चलता है. माँ बोली के नाल असी जोड़न की उन्होंने पूरी कोशिश करते हाँ. साड़ी जी 11 की किताबा हैं वो पंजाबी कल्चर के नाल ही ने, पंजाबी सभ्याचार जोड़े बच्चे अजक भुलते जा रहे हैं, उन्होंने अपने घर तो इस बारे बिल्कुल जानकारी नहीं मिलती. सुहाग घोड़ियाँ इन्हों के गीत उन्होंने जो विवाह से इकट्ठे होंगे ने उन्होंने याद हो जाते हैं, उन्होंने असं गीत के रूप में कराते हैं, तो बच्चे पढ़ के बड़े खुश होंगे ने. थैंक यू मैम, बहुत वधिया लगे आप जी मिलकर, आप बहुत अच्छे तरीके बच्चों करवा रहे हो. नमस्कार मैम. नमस्ते मैम, आपका नाम? अरविंदर कौर. अरविंदर मैम आप का बैकग्राउंड क्या है? मैं दिल्ली तो ही हैगी हाँ, लेकिन वैसे मैं सरदार हैगी हाँ, सिख हैगी हाँ. तो अरविंदर कौर है, तो 28 साल हो गए मैंने स्कूल में. तो हिंदी पढ़ाने वास्ते असं माता कराने, पाठ कराने, हिंदी साड़ी राष्ट्रभाषा है ना, सारे घर में बोली जाती है, तो बच्चे हिंदी ज़्यादा इंट्रस्ट नहीं लेंदे. कोई अगर कहानी होंगी तो उन्होंने नाटक के रूप में स्टेज पर कराने, बच्चे करैक्टर चले जाते हैं, और यूट्यूब और एग्जाम्पल्स लेने ताकि बच्चे प्रोत्साहित होन और एग्जाम्पल लैन. डिफरेंट प्रतियोगिता करा करा के असं उन्होंने लैसन में इंटरेस्ट दिलवाने. थैंक यू मैम. सत श्रीकाल मैम. सत श्रीकाल जी. आप जी का नाम? मेरा नाम सुखविंदर कौर चीमा है. सुखविंदर मैम आप जी का बैकग्राउंड की है? मैं PGT पोलिटिकल साइंस इतने सर्व कर रही हूँ इस इंस्टीट्यूशन में, एंड लास्ट मोर दैन 20 ईयर्स आई एम टीचिंग यर सोशल साइंस एंड पोलिटिकल साइंस. से यही मेरा बैकग्राउंड है कि मैं इसे जड़ा है कि मेरी काफ़ी लंबा स्पैन जड़ा है कि मैं इन बच्चों के नाल, और मैनू बहुत अच्छा लगता है इतने पढ़ाना. मैम आप जी बच्चे किस तरीके समझाते हो कि बच्चे अच्छे तो अच्छा समझ आ सके? हाँ जी, ए सोशल साइंस अगर पोलीटिकल साइंस का दोनों ही सब्जेक्ट अगर असी देखिए, तो ए नहीं कुछ हैगा कि सानू सिर्फ बुकिश लैंग्वेज चाहिए है या बुक तो ही असी पढ़ाना हैगा, ये साड़ी डे टू डे लाइफ के नाल रिलेटेड हैगा. असी उन्होंने जोड़ा है कि सारे फैकल्टीज एट सोशल साइंस एज एन एच ओ डी मैं सोशल साइंस के सारे टीचर्स के ना दे वालों मैं उन्होंने रिप्रजेंट कर रही हाँ, तो सोशल साइंस के सारे टीचर ही इस तरह नाल पढ़ाते हैं कि जोड़ा बच्चा जोड़ा अपने आप नू कनैक्ट करे सब्जेक्ट के नाल. ए नहीं है कि सिर्फ बुक तो असी पढ़ाता, असी उन्होंने डे टू डे लाइफ के नाल जिवें साडा इलेक्शन सिस्टम है, पोलीटिकल पार्टीज़ ने या असी यूनाइटेड नेशन है, वह सारिया चीज़ा साढ़े आसे पासे हो रही ने, असी उन्होंने रिलेट करते हैं, मूवीज़ के एग्जाम्पल देने, क्लास के डिफरेंट एक्टिविटीज़ कराने, सो दैट बच्चा जोड़ा है कि वह अपने नाल इस तरह ना लगे कि उन्होंने कुछ अलग तो पढ़ाया जा रहा है, उन्होंने लगे कि सोशल साइंस मतलब असी एक सोशल सोसाइटी का पार्ट हाँ, तो असी उन्होंने उसी तरह नाल पढ़ना है. तो पोलीटिकल साइंस में भी सेम इसी तरह के नाल ते कोशिश करी दी है कि बच्चे ज़्यादा तो ज़्यादा अपने आप कनैक्ट करके पढ़ सकन. जी मैम सत श्रीकाल जी. मैम आप जी का नाम? मेरा नाम गुरदविंदर कौर है. मैम आप जी का की वर्क है स्कूल दे? मैं एक इंग्लिश TGT हाँ, नाल एक्टिविटी इंचार्ज हाँ पूरे स्कूल की, तो मैं एक्टिविटीज़ भी होल्ड करानी है, सब कुछ इन हाउस एंड आउट हाउस सारा मेरा है. आप जी कितने टाइम तो हो? मैं इतने 96 तो हाँ, दिसंबर 96 तो मेरी अपॉइंटमेंट है. मैं इतने पहले प्रियाटी हुई सी, हूँ मैं TGT हाँ, सीनियर TGT नाल एक्टिविटीज़ ली. थैंक यू मैम, बहुत वधिया लगे आप जी नू मिलके, और आप बहुत अच्छे तरीके ना स्कूल नू मैनेज भी कर रहे हो और आप स्टडी भी करवा रहे हो. सत श्री अकाल मैम.
ਅਸੀਂ ਆਏ ਹੈਗੇ ਆ ਬੱਚਿਆਂ ਕੋ ਤੇ ਆਓ ਬੱਚਿਆਂ ਤੋਂ ਜਾਣਦੇ ਹੈਗੇ ਆ ਉਹਨਾਂ ਨੂੰ ਕੀ ਟੀਚਰ ਕਿੰਨਾ ਸਪੋਰਟ ਕਰਦੇ ਹੈ ਔਰ ਸਟੱਡੀ ਵਿੱਚ ਕੀ ਕਰਵਾਉਂਦੇ ਹੈਗੇ ਆ ਔਰ ਕੀ ਐਕਟੀਵਿਟੀ ਕਰਵਾਈ ਜਾਂਦੀ ਹੈਗੀ ਹੈ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਆਪ ਜੀ ਦਾ? ਮੇਰਾ ਨਾਮ ਜਸਪ੍ਰੀਤ ਸਿੰਘ ਹੈ। ਜਸਪ੍ਰੀਤ ਜੀ ਕਿਹੜੀ ਕਲਾਸ 'ਚੋਂ ਬੇਟਾ? ਮੈਂ 11ਵੀਂ ਜਮਾਤ ਵਿੱਚ ਹਾਂ। ਬੇਟਾ ਕਿੰਨੇ ਟਾਈਮ ਤੋਂ ਇੱਥੇ? ਮੈਂ 5 ਸਾਲ ਤੋਂ। ਤੇ ਆਪ ਜੀ ਨੇ ਇਹ ਸਕੂਲ ਕਿਉਂ ਚੁਣਿਆ? ਕਿਉਂਕਿ ਇੱਧਰ ਟੀਚਰ ਕਾਫੀ ਸਪੋਰਟਿਵ ਨੇ, ਬਹੁਤ ਹੈਲਪ ਕਰਦੇ ਨੇ ਬੱਚਿਆਂ ਨੂੰ, ਡਾਊਟਸ ਕਲੀਅਰ ਕਰਦੇ ਨੇ ਚੰਗੀ ਤਰ੍ਹਾਂ ਨਾਲ, ਇਸ ਲਈ ਮੈਂ ਇਹ ਸਕੂਲ ਜੁਆਇਨ ਕੀਤਾ। ਕੀ ਐਕਟੀਵਿਟੀ ਕਰਵਾਈ ਜਾਂਦੀ ਸਕੂਲ 'ਚ? ਬਹੁਤ ਸਾਰੀ ਐਕਟੀਵਿਟੀਜ਼ ਜਿਵੇਂ ਕਿ ਪਲੇਇੰਗ ਐਕਟੀਵਿਟੀਜ਼, ਜਿਵੇਂ ਕਿ ਗੇਮਸ ਹੋ ਗਈ ਕ੍ਰਿਕਟ, ਫੁੱਟਬਾਲ ਅਤੇ ਹੋਰ ਵੀ ਐਕਟੀਵਿਟੀਜ਼, ਯੋਗਾ ਹੋ ਗਈ, ਹੋਰ ਸਾਰੀ ਐਕਟੀਵਿਟੀਜ਼ ਕਰਵਾਈ ਜਾਂਦੀ। ਟੀਚਰ ਕਿੰਨਾ ਸਪੋਰਟ ਕਰਦੇ ਆਪ ਨੂੰ ਸਟੱਡੀ ਵਿੱਚ? ਟੀਚਰਸ ਤਾਂ ਬਹੁਤ ਸਪੋਰਟਿਵ ਨੇ ਇੱਥੇ ਦੇ, ਮਤਲਬ ਕਿ ਇੱਥੋਂ ਦੇ ਟੀਚਰ ਤਾਂ ਮੈਨੂੰ ਬੜੇ ਚੰਗੇ ਲੱਗੇ। ਜਿੱਥੇ ਮੈਂ ਪਹਿਲੇ ਸਕੂਲ ਵਿੱਚ ਪੜ੍ਹਦਾ ਸੀ ਉੱਧਰ ਮੈਨੂੰ ਚੰਗਾ ਨਹੀਂ ਸੀ ਲੱਗਦਾ ਇੰਨਾ, ਤਾਂ ਇੱਧਰ ਤਾਂ ਬਹੁਤ ਸਪੋਰਟਿਵ ਹੈ ਟੀਚਰ। ਅਤੇ ਬੇਟਾ ਆਪ ਇਸ ਸਕੂਲ ਦੇ ਵਿੱਚ ਹੋ ਤਾਂ ਆਪ ਆਪਣੇ ਫਰੈਂਡ ਸਰਕਲ ਨੂੰ ਵੀ ਕਹਿੰਦੇ ਹੋ ਕਿ ਇਸ ਸਕੂਲ ਦੇ ਵਿੱਚ ਐਡਮਿਸ਼ਨ ਲੈਣ? ਹਾਂਜੀ, ਮੈਂ ਆਪਣੇ ਫਰੈਂਡਸ ਨੂੰ ਸੁਜੈਸਟ ਕਰਦਾ ਹਾਂ ਕਿ ਇਸ ਸਕੂਲ ਵਿੱਚ ਐਡਮਿਸ਼ਨ ਲਵੋ। ਅਤੇ ਕਿਸੇ ਫਰੈਂਡ ਸਰਕਲ ਨੇ ਐਡਮਿਸ਼ਨ ਲਿੱਤਾ? ਹਾਂਜੀ ਲਿੱਤਾ, ਕਈਆਂ ਨੇ ਲਿੱਤਾ ਹੈ। ਕਿਵੇਂ ਦਾ ਲੱਗਿਆ ਉਹਨਾਂ ਨੂੰ ਇਹ ਸਕੂਲ? ਉਹਨਾਂ ਨੂੰ ਵੀ ਐਕਸਪੀਰੀਅੰਸ ਅੱਛਾ ਰਿਹਾ, ਉਹਨਾਂ ਦਾ ਵੀ ਬਹੁਤ ਅੱਛਾ ਲੱਗਿਆ, ਚੰਗਾ ਲੱਗਿਆ ਸਕੂਲ। ਥੈਂਕ ਯੂ ਬੇਟਾ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਆਪ ਜੀ ਦਾ? ਇਟਸ ਹਰਸ਼ਤ। ਕਿਹੜੀ ਕਲਾਸ 'ਚੋਂ? 10th। ਕਿੰਨੇ ਟਾਈਮ ਤੋਂ ਸਕੂਲ 'ਚ? ਫਰੋਮ ਦ ਲਾਸਟ ਅਰਾਊਂਡ 7 ਈਅਰਸ। ਤੋ ਬੇਟਾ ਆਪਕੋ ਟੀਚਰ ਕਿੰਨਾ ਸਪੋਰਟ ਕਰਦੇ ਹੈ ਸਟੱਡੀ? ਐਸ ਯੂ ਨੋ ਦੈਟ ਇਫ ਦ ਟੀਚਰਸ ਵੁੱਡ ਬੀ ਸਪੋਰਟਿਵ ਇਟ ਵੁੱਡ ਬੀ ਵੈਰੀ ਮਚ ਗੁੱਡ ਫੋਰ ਦ ਸਟੂਡੈਂਟਸ ਐਂਡ ਦੈਟਸ ਅ ਕੇਸ ਓਵਰ ਹੈਅਰ ਆਲਸੋ। ਵੀ ਆਰ ਬੀਂਗ ਸਪੋਰਟਿਡ ਵੈਰੀ ਮਚ ਬਾਏ ਦ ਟੀਚਰਸ ਇਨ ਆਰ ਮੈਂਟਲ ਐਜ ਵੈਲ ਐਜ ਇਨ ਦ ਫਿਜ਼ੀਕਲ ਹੈਲਥ ਐਜ ਦ ਸਕੂਲ ਪ੍ਰੋਵਾਈਡਸ ਆਲ ਦ ਐਕਟੀਵਿਟੀਜ਼ ਫੋਰ ਇਟ। ਕਿਆ ਕਿਆ ਐਕਟੀਵਿਟੀ ਕਰਵਾਈ ਜਾਂਦੀ ਹੈ ਸਕੂਲ ਮੇਂ? ਐਸ ਆਈ ਸੈਡ ਦੈਟ ਫੋਰ ਦ ਫਿਜ਼ੀਕਲ ਐਜ ਵੈਲ ਐਜ ਫੋਰ ਦ ਮੈਂਟਲ ਡਿਵੈਲਪਮੈਂਟ ਦੇਰ ਆਰ ਮਲਟੀਪਲ ਐਕਟੀਵਿਟੀਜ਼ ਇੰਕਲੂਡਿੰਗ ਗੇਮਸ, ਇੰਕਲੂਡਿੰਗ ਮਲਟੀਪਲ ਮੈਂਟਲ ਐਕਟੀਵਿਟੀਜ਼ ਦੈਟ ਹੈਲਪ ਦ ਸਟੂਡੈਂਟਸ ਟੂ ਡਿਵੈਲਪ ਦੇਅਰ ਮਾਇੰਡ ਐਜ ਵੈਲ ਐਜ ਦੇਅਰ ਫਿਜ਼ੀਕ। ਤੋ ਆਪਨੇ ਇਹ ਸਕੂਲ ਕਿਉਂ ਚੁਣਾ? As we know that practicality with the knowledge is very much important for a student to develop their mind, that's why practicality over here would be very much good for the students, that's why I selected that school. Thank you beta. ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਨਵਜੀਤ ਕੌਰ। ਨਵਜੀਤ ਕਿਹੜੀ ਕਲਾਸ 'ਚ ਹੋ? ਮੈਂ 10ਵੀਂ ਜਮਾਤ 'ਚ ਹਾਂ। ਅਤੇ ਬੇਟਾ ਕਿੰਨੇ ਟਾਈਮ ਹੋ ਗਿਆ ਆਪ ਜੀ ਨੂੰ? ਮੈਂ ਸਕੂਲ ਵਿੱਚ ਨਰਸਰੀ ਤੋਂ ਹੀ ਹਾਂ। ਨਰਸਰੀ ਤੋਂ, ਵੈਰੀ ਗੁੱਡ। ਅਤੇ ਆਪ ਜੀ ਨੇ ਆਈ ਆਪਣੇ ਪੇਰੈਂਟਸ ਨੇ ਇਹ ਸਕੂਲ ਕਿਉਂ ਚੁਣਿਆ? ਜੀ ਮੇਰਾ ਬੈਕਗਰਾਊਂਡ ਸਿੱਖ ਹੈ ਪਰ ਮੈਂ ਦਿੱਲੀ ਵਿੱਚ ਪਲੀ ਵਧੀ ਹਾਂ ਅਤੇ ਮੇਰੇ ਪੇਰੈਂਟਸ ਇਹੀ ਚਾਹੁੰਦੇ ਸੀ ਕਿ ਮੈਂ ਪੰਜਾਬੀ ਸਿੱਖਾਂ ਅਤੇ ਕਈ ਸਕੂਲ ਨਹੀਂ ਸਿਖਾਉਂਦੇ ਪੰਜਾਬੀ, ਹਿੰਦੀ ਉਹਨਾਂ ਦੀ ਮੇਨ ਲੈਂਗੁਏਜ ਹੁੰਦੀ ਹੈ ਪਰ ਇਸ ਸਕੂਲ ਵਿੱਚ ਮੈਂ ਦੇਖਦੀ ਹਾਂ ਕਿ ਵਿਰਸੇ ਦੀ ਅਹਿਮੀਅਤ ਨੂੰ ਕਾਫੀ ਜ਼ੋਰ ਦਿੱਤਾ ਜਾਂਦਾ ਹੈ, ਰੋਜ਼ ਅਰਦਾਸ ਕੀਤੀ ਜਾਂਦੀ ਹੈ, ਹੁਕਮਨਾਮਾ ਲਿਆ ਜਾਂਦਾ ਹੈ। ਇਹੀ ਛੋਟੀਆਂ ਛੋਟੀਆਂ ਚੀਜ਼ਾਂ ਸਾਡੇ ਸਕੂਲ ਨੂੰ ਵੱਡੇ ਪੱਧਰ 'ਤੇ ਪਹੁੰਚਾ ਦਿੰਦੀਆਂ ਹਨ, ਇਸ ਲਈ ਮੇਰੇ ਪੇਰੈਂਟਸ ਨੇ ਫੈਸਲਾ ਲਿੱਤਾ। ਅਤੇ ਸਕੂਲ ਦੇ ਵਿੱਚ ਕੀ ਐਕਟੀਵਿਟੀ ਕਰਵਾਈ ਜਾਂਦੀ? ਕਈ ਐਕਟੀਵਿਟੀਜ਼ ਹੁੰਦੀਆਂ ਨੇ, ਸਪੋਰਟਸ ਹੈ, ਯੋਗਾ ਅਤੇ ਮੈਂਟਲ ਐਕਟੀਵਿਟੀਜ਼ ਨੇ, ਫਿਜ਼ੀਕਲ ਐਕਟੀਵਿਟੀਜ਼ ਨੇ, ਯੋਗਾ ਹੈ। ਸਪੋਰਟਸ ਵਿੱਚ ਸਾਡਾ ਮੇਨ ਸਪੋਰਟ ਖੋ ਖੋ ਹੈ ਅਤੇ ਡਾਂਸ ਹੁੰਦਾ ਹੈ, ਸਮਰ ਕੈਂਪ ਹੋਇਆ ਜਾਂਦਾ ਹੈ ਹਮੇਸ਼ਾ ਸਮਰ ਹੋਲੀਡੇਜ਼ ਵਿੱਚ ਵਿੱਚ ਗਿੱਧਾ ਭੰਗੜਾ ਅਤੇ ਆਰਟ ਸਕਿੱਲਸ ਅਤੇ ਨੂੰ ਵਧਾਇਆ ਜਾਂਦਾ ਹੈ ਅਤੇ ਬੱਚਿਆਂ ਨੂੰ ਹੋਰ ਅੱਗੇ ਵਧਣ ਦਾ ਹੌਸਲਾ ਦਿੱਤਾ ਜਾਂਦਾ ਹੈ। ਟੀਚਰ ਕਿੰਨਾ ਸਪੋਰਟ ਕਰਦੇ ਆ ਆਪ ਜੀ ਨੂੰ? ਜੀ ਔਰ ਟੀਚਰ ਸਪੋਰਟ ਕਰਦੇ ਨੇ, ਟੀਚਰ ਨਹੀਂ ਬਲਕਿ ਸਾਡੇ ਮਦਰ ਵਾਂਗ ਬਿਹੇਵ ਕਰਦੇ ਨੇ ਅਤੇ ਸਾਨੂੰ ਪਰਾਇਆ ਨਹੀਂ ਲੱਗਦਾ ਹੈ, ਸਾਡੇ ਮਾਂ ਵਰਗੇ ਉਹ ਪੜ੍ਹਾਉਂਦੇ ਨੇ। ਜੇ ਸਾਨੂੰ ਕੋਈ ਵੀ ਡਾਊਟ ਹੋਵੇ ਅਸੀਂ ਬਿਨਾਂ ਹਿਚਕਿਚਾਹਟ ਤੋਂ ਉਹਨਾਂ ਕੋਲ ਜਾ ਸਕਦੇ ਹਾਂ ਅਤੇ ਆਪਣੀ ਦਿੱਕਤ ਨੂੰ ਦੱਸ ਸਕਦੇ ਹਾਂ ਅਤੇ ਉਹ ਕਾਫੀ ਪਿਆਰ ਨਾਲ, ਨਰਮੀ ਨਾਲ ਸਾਡੀ ਦਿੱਕਤਾਂ ਨੂੰ ਸੋਲਵ ਕਰਦੇ ਨੇ। ਬਹੁਤ ਵਧੀਆ ਬੇਟਾ ਜੀ। ਆਪ ਜੀ ਨੇ ਜਿਸ ਤਰ੍ਹਾਂ ਸਕੂਲ ਦੇ ਵਿੱਚ ਹੋ ਅਤੇ ਆਪ ਆਪਣੇ ਫਰੈਂਡ ਸਰਕਲ ਨੂੰ ਵੀ ਕਹਿੰਦੇ ਹੋ ਕਿ ਸਕੂਲ ਦੇ ਵਿੱਚ ਐਡਮਿਸ਼ਨ ਲੈਣ? ਜੀ ਮੈਂ ਜਿਵੇਂ ਮੈਂ ਦੱਸਿਆ ਮੈਂ ਨਰਸਰੀ ਤੋਂ ਆਏ ਸਕੂਲ 'ਚ ਤਾਂ ਕਾਫੀ ਕੁਛ ਚੰਗੀਆਂ ਚੀਜ਼ਾਂ ਸਿੱਖੀਆਂ ਅਤੇ ਮੈਂ ਆਪਣੇ ਫਰੈਂਡਸ ਨੂੰ ਜਦ ਦੱਸਦੀ ਹਾਂ ਕਿ ਮੇਰਾ ਸਕੂਲ ਪੰਜਾਬੀ ਅਤੇ ਡਿਵਿਨਿਟੀ ਨੂੰ ਕਿੰਨਾ, ਤਾਂ ਉਹ ਸੋਚਦੇ ਨੇ ਕਿੰਨਾ ਕੂਲ ਹੈ ਇਹ ਸਕੂਲ, ਤਾਂ ਉਹ ਕਹਿੰਦੇ ਨੇ ਹਾਂ ਜ਼ਰੂਰ ਜੇ ਮੈਂ ਹੋ ਸਕਦੀ ਤਾਂ ਮੈਂ ਸਕੂਲ ਵਿੱਚ ਪੜ੍ਹਨਾ ਚਾਹਾਂਗੀ। ਪਰ ਹੁਣ ਉਹਨਾਂ ਦਾ ਬੈਕਗਰਾਊਂਡ ਜਿਵੇਂ ਹਿੰਦੂ ਹੈ ਤਾਂ ਉਹ ਮਨੋ ਮਨ ਉਹ ਚਾਹੁੰਦੇ ਨੇ ਕਿ ਉਹ ਸਕੂਲ ਵਿੱਚ ਪੜ੍ਹਨ, ਪਰ ਸਭ ਦੀ ਆਪਣੀ ਇੱਕ ਇੱਛਾ ਹੁੰਦੀ ਹੈ, ਪਰ ਮੈਂ ਜ਼ਰੂਰ ਰਿਕਮੈਂਡ ਕਰਦੀ ਹਾਂ। ਥੈਂਕ ਯੂ ਬੇਟਾ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਆਪ ਜੀ? ਲਾਵਣਿਆ। ਕਿਹੜੀ ਕਲਾਸ 'ਚੋਂ? 10th। ਕਿੰਨੇ ਟਾਈਮ ਤੋਂ ਸਕੂਲ ਹੈ? ਨਰਸਰੀ ਲਾਸਟ 14 ਈਅਰਸ। ਕਿੰਨਾ ਟੀਚਰ ਸਪੋਰਟ ਕਰਦੇ ਹੈ ਸਟੱਡੀ ਵਿੱਚ? ਟੀਚਰਸ ਆਰ ਵੈਰੀ ਸਪੋਰਟਿਵ, ਦੇ ਲਾਈਕ ਆਰ ਫੈਮਲੀ, ਦ ਸਟਾਫਸ ਆਰ ਆਲਸੋ ਬਿਹੇਵ ਲਾਈਕ ਅ ਫੈਮਲੀ, ਔਰ ਟੀਚਰਸ ਆਰ ਵੈਰੀ ਗੁੱਡ, we can share everything with teachers, they never talk with rudely, they every time they talk with nice behavior. Thank you beta.
ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ? ਤਰਨਪ੍ਰੀਤ ਸਿੰਘ। ਕਿਹੜੀ ਕਲਾਸ 'ਚ? ਮੈਂ 10ਵੀਂ ਸੀ 'ਚ ਹਾਂ। ਬੇਟਾ ਕਿੰਨੇ ਟਾਈਮ ਤੋਂ ਸਕੂਲ 'ਚ? ਮੈਂ 3 ਸਾਲ ਤੋਂ ਸਕੂਲ 'ਚ ਹਾਂ। ਅਤੇ ਆਪ ਜੀ ਟੀਚਰ ਕਿੰਨਾ ਸਪੋਰਟ ਕਰਦੇ? ਸਾਨੂੰ ਟੀਚਰ ਬਹੁਤ ਹੀ ਸਪੋਰਟ ਕਰਦੇ ਨੇ। ਜੇਕਰ ਕੋਈ ਸਾਡੀ ਗਲਤੀ ਹੋ ਜਾਂਦੀ ਹੈ ਤਾਂ ਉਹ ਸਾਨੂੰ ਸੁਧਾਰਨ ਦਾ ਮੌਕਾ ਵੀ ਦਿੰਦੇ ਹਨ। ਜੇਕਰ ਕੋਈ ਬੱਚਾ ਪਿੱਛੇ ਰਹਿ ਜਾਂਦਾ ਕੰਮ ਵਿੱਚ ਤਾਂ ਉਹਨੂੰ ਅੱਗੇ ਵਧਣ ਦਾ ਪ੍ਰੋਤਸਾਹਿਤ ਕਰਦੇ ਹਨ। ਆਪ ਜੀ ਨੇ ਇਹ ਸਕੂਲ ਕਿਉਂ ਚੁਣਿਆ? ਮੇਰੇ ਮੰਮੀ ਪਾਪਾ ਨੇ ਇਸ ਸਕੂਲ 'ਚ ਬਾਰੇ ਬਹੁਤ ਕੁਛ ਸੁਣਿਆ ਸੀ, ਜਿਵੇਂ ਇਸ 'ਚ ਬਹੁਤ ਸਾਰੇ ਫਿਜ਼ੀਕਲ ਐਕਟੀਵਿਟੀਆਂ ਦਿਖਾਈ ਜਾਂਦੀਆਂ ਹਨ, ਸਿਖਾਈ ਜਾਂਦੀਆਂ ਹਨ, ਚੰਗਾ ਪੜ੍ਹਾਇਆ ਜਾਂਦਾ ਹੈ, ਬੱਚਿਆਂ ਨੂੰ ਬਹੁਤ ਸਪੋਰਟ ਕੀਤੀ ਜਾਂਦੀ ਹੈ। ਥੈਂਕ ਯੂ ਬੇਟਾ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਮੈਮ। ਕਿਹੜੀ ਕਲਾਸ 'ਚ? 10ਸੀ। ਕੀ ਨਾਮ ਹੈ ਆਪ ਜੀ? ਜਪਨੀਤ। ਜਪਨੀਤ ਕਿੰਨੇ ਟਾਈਮ ਤੋਂ ਹੋਏ ਇੱਥੇ? ਮੈਂ ਸਕੂਲ ਵਿੱਚ ਸ਼ੁਰੂ ਤੋਂ ਪੜ੍ਹ ਰਹੀ ਹਾਂ। ਕਿੰਨਾ ਟੀਚਰਸ ਦਾ ਸਪੋਰਟ ਹੈ ਆਪ ਜੀ ਨੂੰ? ਇਸ ਸਕੂਲ ਵਿੱਚ ਜਿੰਨਾ ਟੀਚਰ ਦਾ ਸਪੋਰਟ ਹੈ ਉਹ ਮੈਂ ਨਹੀਂ ਸੋਚ ਸਕਦੀ ਕਿਸੇ ਦੂਸਰੇ ਸਕੂਲ ਵਿੱਚ ਵੀ ਹੈਗਾ ਹੈ। ਇਹਨਾਂ ਸਾਰੇ ਟੀਚਰਾਂ ਨੇ ਮੇਰੀ ਇੰਨੀ ਮਦਦ ਕੀਤੀ ਹੈ ਕਿ ਹਮੇਸ਼ਾ ਮੈਂ ਸਕੂਲ 'ਚ ਫਸਟ ਅਤੇ ਸੈਕਿੰਡ ਜ਼ਰੂਰ ਆਉਂਦੀ ਹਾਂ। ਵੈਰੀ ਗੁੱਡ। ਅਤੇ ਆਪ ਜੀ ਨੂੰ ਕੀ ਐਕਟੀਵਿਟੀ ਇੱਥੇ ਕਰਵਾਈ ਜਾਂਦੀ ਹੈ ਔਰ ਕਿਸ ਤਰ੍ਹਾਂ ਦਾ ਲੱਗਦਾ ਹੈਗਾ? ਇੱਥੇ ਬਹੁਤ ਸਾਰੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ, ਜਿਵੇਂ ਗੁਰਸਿੱਖੀ ਨਾਲ ਜੁੜਨ ਲਈ ਹੁਕਮਨਾਮਾ, ਅਰਦਾਸ, ਪਾਠ, ਕਈ ਸਾਰੀ ਚੀਜ਼ਾਂ ਕਰਵਾਈ ਜਾਂਦੀਆਂ ਨੇ। ਡਿਵਨਿਟੀ ਸਬਜੈਕਟ ਵੀ ਹੈਗਾ ਇੱਥੇ। ਇੱਥੇ ਫਿਜ਼ੀਕਲ ਐਕਟੀਵਿਟੀਆਂ ਵੀ ਹਨ ਜਿਵੇਂ ਖੋ ਖੋ, ਬੈਡਮਿੰਟਨ, ਇਹ ਸਾਰੀਆਂ ਚੀਜ਼ਾਂ ਖੇਡ ਕੇ ਅਸੀਂ ਤੰਦਰੁਸਤ ਵੀ ਰਹਿ ਸਕਦੇ ਹਾਂ। ਇਸ ਵਾਸਤੇ ਇਸ ਸਕੂਲ ਵਿੱਚ ਕਾਫੀ ਸਾਰੀਆਂ ਐਕਟੀਵਿਟੀਆਂ ਨੇ। ਆਪ ਆਪਣੇ ਫਰੈਂਡ ਸਰਕਲ ਨੂੰ ਵੀ ਕਹਿੰਦੇ ਸਕੂਲ 'ਚ ਐਡਮਿਸ਼ਨ ਲਾ? ਹਾਂਜੀ ਮੈਮ, ਫਰੈਂਡ ਸਰਕਲ ਨੂੰ ਤਾਂ ਇਹ ਜ਼ਰੂਰ ਰਿਕਮੈਂਡ ਕਰਦੇ ਹਾਂ ਅਸੀਂ, ਪਰ ਜਿਵੇਂ ਉਹ ਕਰਨਾ ਚਾਹੁੰਦੇ ਹਾਂ ਤਾਂ ਜ਼ਰੂਰ ਕਰਦੇ ਹਨ, ਪਰ ਆਪਣੀ ਆਪਣੀ ਸੋਚ ਹੈ ਸਾਡੀ। ਥੈਂਕ ਯੂ ਬੇਟਾ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਆਪ ਜੀ? ਭਵਿਆ। ਭਵਿਆ ਕਿਹੜੀ ਕਲਾਸ 'ਚ ਬੇਟਾ? 11ਵੀਂ ਜਮਾਤ 'ਚ। ਕਿੰਨੇ ਟਾਈਮ ਤੋਂ ਸਕੂਲ 'ਚ? ਮੈਂ ਨਰਸਰੀ ਤੋਂ ਹੈਗੀ ਹਾਂ ਸਕੂਲ 'ਚ। ਵੈਰੀ ਗੁੱਡ। ਅਤੇ ਇਹ ਸਕੂਲ ਕਿਉਂ ਚੁਣਿਆ ਪੇਰੈਂਟਸ ਨੇ? ਪੇਰੈਂਟਸ ਨੂੰ ਸੀ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੋਈ ਵੀ ਬੱਚਾ ਆਪਣੇ ਕਲਚਰ 'ਚ ਨਹੀਂ ਰਹਿੰਦਾ, ਗੁਰੂਆਂ ਦੇ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ, ਅਤੇ ਪੜ੍ਹਾਈਆਂ ਵੀ ਨਾਲ ਨਾਲ ਚੱਲਦੀਆਂ ਨੇ, ਤਾਂ ਸਾਰੀਆਂ ਦੀ ਨੌਲੇਜ ਹੋਣੀ ਚਾਹੀਦੀ ਹੈ ਅਤੇ ਫਿਜ਼ੀਕਲ ਐਜੂਕੇਸ਼ਨ ਦਾ ਵੀ ਹੋਣਾ ਚਾਹੀਦਾ। ਇਸ ਕਰਕੇ ਕੀ ਐਕਟੀਵਿਟੀਆਂ ਕਰਵਾਈ ਜਾਂਦੀਆਂ ਸਕੂਲ 'ਚ? ਇੱਥੇ ਖੋ ਖੋ ਖਿਡਾਇਆ ਜਾਂਦਾ ਹੈ, ਬੈਡਮਿੰਟਨ ਹੁੰਦਾ ਹੈ, ਕੰਪਿਊਟਰ ਵਿੱਚ ਵੀ ਲੈ ਕੇ ਜਾਇਆ ਜਾਂਦਾ, ਕੰਪਿਊਟਰ ਲੈਬ ਵਿੱਚ ਵੀ ਲੈ ਕੇ ਜਾਇਆ ਜਾਂਦਾ, ਕੰਪਿਊਟਰ ਸਿਖਾਇਆ ਜਾਂਦਾ ਚੰਗੀ ਤਰ੍ਹਾਂ, ਇਹ ਸਭ। ਔਰ ਆਪ ਆਪਣੇ ਫਰੈਂਡ ਸਰਕਲ ਨੂੰ ਵੀ ਕਹਿੰਦੇ ਸਕੂਲ 'ਚ ਐਡਮਿਸ਼ਨ ਲੈਣ? ਹਾਂਜੀ, ਮੈਂ ਉਹਨਾਂ ਨੂੰ ਇਹੀ ਦੱਸਦੀ ਹਾਂ ਕਿ ਪੜ੍ਹਾਈਆਂ ਚੰਗੀਆਂ ਹੁੰਦੀਆਂ ਨੇ, ਫਿਜ਼ੀਕਲ ਐਜੂਕੇਸ਼ਨ 'ਤੇ ਵੀ ਬੜਾ ਧਿਆਨ ਦਿੱਤਾ ਜਾਂਦਾ ਹੈ, ਜੇ ਕੋਈ ਬੱਚਾ ਪਿੱਛੇ ਵੀ ਰਹਿ ਜਾਂਦਾ ਉਹਨੂੰ ਵੀ ਅੱਗੇ ਤੋਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਇੱਥੇ ਬਹੁਤ ਸਪੋਰਟ ਹੈਗਾ ਉਹਨਾਂ ਲਈ। ਟੀਚਰ ਕਿੰਨਾ ਸਪੋਰਟ ਕਰਦੇ ਆ ਤੁਹਾਨੂੰ ਸਟੱਡੀ ਵਿੱਚ? ਟੀਚਰ ਬਹੁਤ ਸਪੋਰਟ ਕਰਦੇ ਨੇ, ਜਦੋਂ ਪੇਪਰ ਜਦੋਂ ਪੈਂਦੇ ਤਾਂ ਵੀ, ਉਦੋਂ ਵੀ ਜਿੱਦਾਂ ਨੋਰਮਲ ਅਸੀਂ ਡੇ ਵਿੱਚ ਆਉਂਦੇ ਹਾਂ ਤਾਂ ਵੀ ਉਹ ਸਾਨੂੰ ਬੁੱਕਸ ਪ੍ਰੋਵਾਈਡ ਕਰਦੇ ਨੇ, ਜਿੱਦਾਂ ਜਿੱਥੋਂ ਅਸੀਂ ਕੁਐਸਚਨ ਲੈ ਸਕੀਏ, ਹੈਲਪ ਬੁੱਕ ਹੁੰਦੀਆਂ ਨੇ ਉਹ ਵੀ ਪ੍ਰੋਵਾਈਡ ਕਰਦੀਆਂ, ਅਤੇ ਜਦੋਂ ਵੀ ਡਾਊਟ ਹੁੰਦਾ ਸਾਰੇ ਕਲੀਅਰ ਕਰ ਦਿੰਦੀ ਹੈ। ਥੈਂਕ ਯੂ ਬੇਟਾ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਜੀ। ਕਿਹੜੀ ਕਲਾਸ 'ਚ ਬੇਟਾ? 11ਵੀਂ 'ਚ। ਕਿੰਨੇ ਟਾਈਮ ਤੋਂ ਸਕੂਲ 'ਚ? 5th 'ਚ। ਅਤੇ ਇਹ ਸਕੂਲ ਕਿਉਂ ਚੁਣਿਆ ਆਪ ਜੀ ਨੇ? ਕਲਚਰ ਕਰਕੇ, ਕਿਉਂਕਿ ਇੱਥੇ ਸਿੱਖਿਜ਼ਮ ਬਾਰੇ ਬਹੁਤ ਕੁਛ ਸਿਖਾਇਆ ਜਾਂਦਾ ਹੈ ਗੁਰੂਆਂ ਕਰਕੇ, ਅਤੇ ਇੱਥੇ ਪੰਜਾਬੀ ਕਲਚਰ ਬਾਰੇ, ਅਤੇ ਮਿਊਜ਼ਿਕ ਵਿੱਚ ਵੀ ਬਹੁਤ ਸਪੋਰਟਿਵ ਹੈ। ਔਰ ਆਪ ਜੀ ਆਪਣੇ ਫਰੈਂਡ ਸਰਕਲ ਨੂੰ ਵੀ ਕਹਿੰਦੇ ਹੋ ਕਿ ਇੱਥੇ ਐਡਮਿਸ਼ਨ? ਹਾਂਜੀ ਬਿਲਕੁਲ, ਜੋ ਮੇਰੇ ਟਿਊਸ਼ਨਸ ਦੇ ਫਰੈਂਡਸ ਨੇ ਅਤੇ ਗਲੀ 'ਚ ਜੋ ਵੀ ਫਰੈਂਡਸ ਨੇ ਉਹਨਾਂ ਨੂੰ ਵੀ ਕਹਿੰਦੀ ਹਾਂ ਮੈਂ। ਥੈਂਕ ਯੂ ਬੱਚੇ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਆਪ ਜੀ? ਸ਼੍ਰੀਆ। ਕਿਹੜੀ ਕਲਾਸ 'ਚ ਹੋ? ਮੈਂ ਕਲਾਸ 12th। ਕਿੰਨੇ ਟਾਈਮ ਸੇ ਆਪ ਯਹਾਂ ਪਰ? ਫਰੋਮ ਕਲਾਸ ਪ੍ਰੀ ਨਰਸਰੀ। ਤੋ ਬੇਟਾ ਆਪਨੇ ਯਹੀ ਵਾਲਾ ਸਕੂਲ ਕਿਉਂ ਚੁਣਾ? ਮੈਮ ਸਕੂਲ ਤਾਂ ਸਾਰੇ ਵਧੀਆ ਹੁੰਦੇ ਨੇ, ਪਰ ਜਿਹੜਾ ਇੱਕ ਸਕੂਲ ਤੁਹਾਨੂੰ ਮੋਰਲ ਵੈਲਿਊਜ਼ ਦੇ, ਉਹ ਤੁਹਾਨੂੰ ਮੋਰਲੀ ਸਪੋਰਟ ਕਰੇ, ਤੁਹਾਨੂੰ ਅੱਗੇ ਜਾ ਕੇ ਤੁਹਾਡੇ ਫਿਊਚਰ 'ਚ ਇੱਕ ਪਰਟੀਕੁਲਰ ਗੋਲ ਅਚੀਵ ਕਰਨ ਲਈ, ਕਿਉਂਕਿ ਬਾਹਰਲੇ ਫੈਕਟਰਸ ਤਾਂ ਹੁੰਦੇ ਹੀ ਨੇ, ਬਟ ਇੱਕ ਮੋਰਲ ਵੈਲਿਊਜ਼ ਜੇ ਕੋਈ ਇਨਕਲਕੇਟ ਕਰੇ ਤੁਹਾਡੇ ਅੰਦਰ, ਤਾਂ ਉਸ ਤੋਂ ਵਧੀਆ ਸਕੂਲ ਹੋਰ ਕੋਈ ਨਹੀਂ ਹੋ ਸਕਦਾ। ਵੈਰੀ ਗੁੱਡ। ਔਰ ਟੀਚਰ ਕਿੰਨਾ ਸਪੋਰਟ ਕਰਦੇ ਆਪ ਜੀ? ਟੀਚਰਸ ਬਹੁਤ ਜ਼ਿਆਦਾ ਸਪੋਰਟਿਵ ਨੇ। ਮੈਂ ਪ੍ਰੀ ਨਰਸਰੀ ਤੋਂ ਹੀ ਇਸ ਸਕੂਲ 'ਚ ਹਾਂ, ਅਤੇ ਮੈਂ ਕਦੇ ਵੀ ਆਪਣੇ ਆਪ ਨੂੰ ਇਸ ਸਿਚੁਏਸ਼ਨ 'ਚ ਨਹੀਂ ਪਾਇਆ ਕਿ ਮੈਨੂੰ ਕਦੇ ਵੀ ਕਿਤੇ ਪ੍ਰੋਬਲਮ ਆ ਰਹੀ ਹੈ, ਅਤੇ ਜਿੱਥੇ ਕੋਈ ਵੀ ਡਾਊਟ ਹੁੰਦਾ ਸੀ, ਕੁਛ ਵੀ ਹੁੰਦਾ ਸੀ, ਉਹ ਨਾਲ ਦੇ ਨਾਲ ਹੀ ਸੋਲਵ ਕਰ ਦਿੱਤਾ ਜਾਂਦਾ ਹੈ। ਸਕੂਲ ਦੇ ਵਿੱਚ ਕੀ ਐਕਟੀਵਿਟੀਆਂ ਕਰਵਾਉਂਦੇ ਆ? ਸਕੂਲ 'ਚ ਬਹੁਤ ਸਾਰੀ ਐਕਟੀਵਿਟੀਜ਼ ਨੇ, ਮਤਲਬ ਜੇ ਨੋਨ ਫਾਇਰ ਕੁਕਿੰਗ ਸਭ ਤੋਂ ਵਧੀਆ ਜਿੱਥੇ ਹੈਗੀ ਹੈ ਇੱਥੇ, ਫਿਰ ਉਸ ਤੋਂ ਬਾਅਦ ਡਿਵਨਿਟੀ ਦਾ ਕੈਂਪ ਲੱਗਦਾ ਹੈ, ਕ੍ਰਿਕਟ ਹੈ, ਬੈਡਮਿੰਟਨ ਹੈ, ਸਪੋਰਟਸ ਦੇ ਨਾਲ ਰਿਲੇਟਡ ਵੀ ਸਭ ਕੁਛ ਹੈ, ਮਿਊਜ਼ਿਕ ਡਿਪਾਰਟਮੈਂਟ ਸਾਡਾ ਬਹੁਤ ਵਧੀਆ ਹੈ, ਬਾਕੀ ਡੈਕਲਾਮੇਸ਼ਨ ਕੰਪੀਟੀਸ਼ਨਸ ਹੁੰਦੇ ਨੇ, ਬੱਚੇ ਨੂੰ ਇਨਕਰੇਜ ਕੀਤਾ ਜਾਂਦਾ ਹੈ ਕਿ ਤੁਸੀਂ ਅੱਗੇ ਜਾ ਕੇ ਬੋਲ ਸਕੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਆਪ ਜੀ? ਗੁਰਜੋਤ ਸਿੰਘ। ਗੁਰਜੋਤ ਜੀ ਆਵਾਜ਼ ਹੀ ਨਹੀਂ
ਔਰ ਆਪ ਜੀ ਨੂੰ ਇੱਥੇ ਟੀਚਰ ਕਿੰਨਾ ਸਪੋਰਟ ਕਰ ਬਹੁਤ ਸਪੋਰਟਿਵ ਨੇ ਟੀਚਰ ਲਾਈਕ ਹਰ ਚੀਜ਼ 'ਚ ਸਪੋਰਟ ਕਰਦੇ ਨੇ ਲਾਈਕ ਸਟੱਡੀ ਸਪੋਰਟਸ ਕੀ ਐਕਟੀਵਿਟੀ ਕਰਵਾਈ ਜਾਂਦੀ ਹੈ ਸਪੋਰਟਸ ਕਰੀਕੁਲਰ ਐਕਟੀਵਿਟੀਜ਼ ਸਪੋਰਟਸ 'ਚ ਬਹੁਤ ਸਾਰੀ ਲਾਈਕ ਐਕਟੀਵਿਟੀਜ਼ ਖੋ ਖੋ ਹੋ ਗਈ ਕ੍ਰਿਕਟ ਵਾਲੀਬਾਲ ਬਾਸਕਿਟਬਾਲ ਥੈਂਕ ਯੂ ਬੇਟਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਬੇਟਾ ਜਸ ਸਾਹਿਬ ਜਸ ਕਿਹੜੀ ਕਲਾਸ 'ਚ ਟਵੈਲਥ ਕਿੰਨੇ ਟਾਈਮ ਤੋਂ ਮੈਂ ਪ੍ਰੀ ਨਰਸਰੀ ਤੋਂ ਇੱਥੋਂ ਹੀ ਹਾਂ ਕਿੰਨਾ ਟੀਚਰ ਸਪੋਰਟ ਕਰਦੇ ਆ ਸਟੱਡੀ ਟੀਚਰ ਕਾਫੀ ਸਪੋਰਟਿਵ ਨੇ ਹਰ ਚੀਜ਼ ਸਪੋਰਟ ਕਰਦੇ ਨੇ ਜੇ ਕਦੇ ਕੋਈ ਪਰਸਨਲ ਪ੍ਰੋਬਲਮ ਵੀ ਹੁੰਦੀ ਆ ਤਾਂ ਸਪੋਰਟ ਕਰਦੇ ਨੇ ਐਕਟੀਵਿਟੀ ਕੀ ਕਰਵਾਈ ਜਾਂਦੀ ਹੈ ਇੱਥੇ ਕਾਫੀ ਸਾਰੀ ਐਕਟੀਵਿਟੀਆਂ ਨੇ ਜਿਵੇਂ ਸਪੋਰਟਸ ਹੋ ਗਿਆ ਮਿਊਜ਼ਿਕ ਕੁਕਿੰਗ ਅਤੇ ਕਾਫੀ ਸਾਰੀ ਹੋਰ ਵੀ ਨੇ ਥੈਂਕ ਯੂ ਬੇਟਾ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਪ੍ਰਬਲੀਨ ਕੌਰ ਕਿਹੜੀ ਕਲਾਸ 'ਚ ਟਵੈਲਥ ਕਿੰਨੇ ਟਾਈਮ ਤੋਂ ਇਸ ਸਕੂਲ 'ਚ 2 ਈਅਰਸ ਤੋਂ 2 ਸਾਲ ਤੋਂ 2 ਸਾਲ ਤੋਂ ਆਪ ਜੀ ਨੇ ਇਹ ਸਕੂਲ ਕਿ ਚੁਣਿਆ ਮੈਨੂੰ ਮੇਰੇ ਦੋਸਤਾਂ ਨੇ ਦੱਸਿਆ ਸੀ ਕਿ ਇਸ ਸਕੂਲ 'ਚ ਫੈਸਿਲਿਟੀਜ਼ ਬਹੁਤ ਅੱਛੀ ਨੇ ਟੀਚਰਸ ਬਹੁਤ ਸਪੋਰਟਿਵ ਨੇ ਇਸ ਕਰਕੇ ਥੈਂਕ ਯੂ ਬੇਟਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪ ਜੀ ਦਾ ਸਿਮਰਪ੍ਰੀਤ ਸਿੰਘ ਸਿਮਰ ਕਿਹੜੀ ਕਲਾਸ 'ਚ ਮੈਂ 12th ਜੀ ਕਿੰਨੇ ਟਾਈਮ ਤੋਂ ਮੈਂ ਨਰਸਰੀ ਤੋਂ ਵੈਰੀ ਗੁੱਡ ਇਹ ਸਕੂਲ ਕਿ ਚੁਣਿਆ ਪੇਰੈਂਟਸ ਨੇ ਕੋਈ ਇੱਦਾਂ ਜਿੱਦਾਂ ਮਤਲਬ ਇਹ ਸਕੂਲੇ ਪੰਜਾਬੀ ਨੂੰ ਵੀ ਪੂਰਾ ਸਪੋਰਟ ਕਰਦੇ ਹਾਂ ਮੈਂ ਆਪ ਸਿੱਖ ਰਿਲੀਜਨ ਤੋਂ ਬਿਲੋਂਗ ਕਰਦਾ ਅਤੇ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ ਤਾਂ ਕਰਕੇ ਮਤਲਬ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਸਿੱਖਣਾ ਜ਼ਰੂਰੀ ਆ ਇਸ ਕਰਕੇ ਆਪ ਜੀ ਕਿੰਨੇ ਟਾਈਮ ਤੋਂ ਇੱਥੇ ਮੈਂ ਨਰਸਰੀ ਤੋਂ ਅਤੇ ਆਪ ਜੀ ਨੂੰ ਸਕੂਲ ਅੱਛਾ ਲੱਗਦਾ ਹਾਂਜੀ ਬਹੁਤ ਅੱਛਾ ਲੱਗਦਾ ਜੀ ਥੈਂਕ ਯੂ ਬੇਟਾ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਮੈਮ ਨਾਮ ਹੈ ਆਪ ਜੀ ਜਸਕਰਨ ਸਿੰਘ ਜਸਕਰਨ ਕਿਹੜੀ ਕਲਾਸ 'ਚ 12th ਕਿੰਨੇ ਟਾਈਮ ਤੋਂ ਮੈਂ ਨਰਸਰੀ ਤੋਂ ਟੀਚਰ ਕਿੰਨਾ ਸਪੋਰਟ ਕਰਦੇ ਨੇ ਟੀਚਰਸ ਬਹੁਤ ਸਪੋਰਟਿਵ ਨੇ ਕੋਈ ਵੀ ਡਾਊਟ ਹੁੰਦਾ ਆਪਣੇ ਆਪ ਦੱਸਦੇ ਨੇ ਜਿੱਦਾਂ ਸਾਡੀ ਨਾਲ ਬੋਂਡਿੰਗ ਬਣ ਚੁੱਕੀ ਹੈ ਵਧੀਆ ਜੀ ਇੱਕਦਮ ਵਧੀਆ ਕੀ ਐਕਟੀਵਿਟੀ ਹੁੰਦੀ ਐਕਟੀਵਿਟੀਜ਼ ਬਹੁਤ ਨੇ ਸਪੋਰਟਸ ਦੇ ਰਿਲੇਟਡ ਮਿਊਜ਼ਿਕ ਅਤੇ ਗੁਰੂ ਦੇ ਚਰਨੀ ਲਾਇਆ ਜਾਂਦਾ ਹੈ ਪਾਠ ਕਰਾਉਂਦੇ ਆ ਬੱਚਿਆਂ ਨੂੰ ਅਰਦਾਸ ਸਵੇਰੇ ਰੋਜ਼ ਅਸੈਂਬਲੀ ਹੁੰਦੀ ਹੈ ਇਹ ਵਧੀਆ ਬਾਕੀ ਸਭ ਥੈਂਕ ਯੂ ਬੇਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਆਪਣਾ ਕਾਸ਼ਿਕਾ ਸੈਨੀ ਕਿਹੜੀ ਕਲਾਸ 'ਚ ਬੇਟਾ 12th ਹੈ ਬੇਟਾ ਕਿੰਨੇ ਟਾਈਮ ਤੋਂ 13 ਈਅਰਸ ਹੋ ਗਏ ਨੇ ਮੈਨੂੰ ਇਸ ਸਕੂਲ 'ਚ ਅਤੇ ਆਪ ਜੀ ਨੂੰ ਟੀਚਰਸ ਕਿੰਨਾ ਸਪੋਰਟ ਕਰ ਟੀਚਰਸ ਬਹੁਤ ਸਪੋਰਟਿਵ ਨੇ ਮਤਲਬ ਜੇ ਕੋਈ ਡਾਊਟ ਹੁੰਦਾ ਤਾਂ ਉਹ ਨਾਲ ਦੇ ਨਾਲ ਹੀ ਕਲੀਅਰ ਕਰ ਦਿੰਦੇ ਆ ਅਤੇ ਹਰ ਕਨਸੈਪਟ ਨੂੰ ਬੜੇ ਵਧੀਆ ਤਰੀਕੇ ਨਾਲ ਉਹ ਸਮਝਾਉਂਦੇ ਆ ਸੋ ਬਹੁਤ ਸਪੋਰਟਿਵ ਨੇ ਅਤੇ ਆਪ ਜੀ ਨੇ ਇਹ ਸਕੂਲ ਕਿਉਂ ਚੁਣਿਆ ਕਿਉਂਕਿ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ ਅਤੇ ਮੇਰੇ ਪੇਰੈਂਟਸ ਚਾਹੁੰਦੇ ਸੀ ਗੁਰਦਾਸਪੁਰ ਅਤੇ ਮੇਰੇ ਪੇਰੈਂਟਸ ਚਾਹੁੰਦੇ ਸੀ ਕਿ ਮੈਂ ਦਿੱਲੀ 'ਚ ਰਹਿ ਕੇ ਵੀ ਪੰਜਾਬੀ ਨਾਲ ਜੁੜੀ ਰਵਾਂ ਇਸ ਕਰਕੇ ਉਹਨਾਂ ਨੇ ਇਹ ਸਕੂਲ ਚੁਣਿਆ ਮੈਂ ਵੀ ਗੁਰਦਾਸਪੁਰ ਤੋਂ ਤੂੰ ਵੀ ਗੁਰਦਾਸਪੁਰ ਤੋਂ ਹੈ ਸੇਮ ਅੱਛਾ ਫਿਰ ਆਪ ਜੀ ਨੂੰ ਇੱਥੇ ਕੀ ਐਕਟੀਵਿਟੀ ਕਰਵਾਈ ਜਾਂਦੀ ਹੈ ਬਹੁਤ ਸਾਰੀ ਐਕਟੀਵਿਟੀਜ਼ ਨੇ ਜਿਵੇਂ ਸਪੋਰਟਸ ਆ ਡਾਂਸ ਆ ਭੰਗੜਾ ਗਿੱਧਾ ਜੋ ਕਿ ਫੇਵਰੇਟ ਆ ਅਤੇ ਨਾਲੇ ਮਿਊਜ਼ਿਕ ਡਿਪਾਰਟਮੈਂਟ ਆ ਅਤੇ ਹੋਰ ਵੀ ਆਰਟ ਐਂਡ ਕਰਾਫਟ ਕਾਫੀ ਸਾਰੀ ਐਕਟੀਵਿਟੀਜ਼ ਨੇ ਹੋਰ ਆਪ ਜੀ ਆਪਣੇ ਫਰੈਂਡ ਸਰਕਲ ਨੂੰ ਵੀ ਕਹਿੰਦੇ ਕਿ ਇੱਥੇ ਐਡਮਿਸ਼ਨ ਹੈ ਹਾਂਜੀ ਜ਼ਰੂਰ ਕਹਿੰਦੇ ਹਾਂ ਕਿਉਂਕਿ ਸਾਡਾ ਸਕੂਲ ਹੈ ਹੀ ਇੰਨਾ ਵਧੀਆ ਬਾਕੀ ਉਹ ਵੀ ਮਤਲਬ ਉਹਨਾਂ ਨੂੰ ਵੀ ਸਕੂਲ ਬਾਰੇ ਸੁਣ ਕੇ ਬਹੁਤ ਚੰਗਾ ਲੱਗਦਾ ਬਾਕੀ ਫਿਰ ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਲੈਣਾ ਕਿ ਨਹੀਂ ਥੈਂਕ ਯੂ ਬੇਟਾ ਵੈਲਕਮ ਮੈਮ ਗੁੱਡ ਮਾਰਨਿੰਗ ਮੈਮ ਆਈ ਐਮ ਵੈਨ ਦੇਵਗਨ ਆਫ ਕਲਾਸ 5th ਮਾਈ ਸਕੂਲ ਨੇਮ ਇਜ਼ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੁਕੁੰਦ ਕਾਲਨੀ ਇਟ ਵਾਜ ਅਸਟੈਬਲਿਸ਼ ਇਨ 2004 ਇਟ ਇਜ਼ ਐਨ ਇੰਗਲਿਸ਼ ਮੀਡੀਅਮ CBSE ਐਂਡ ਕੋਇਡ ਸਕੂਲ ਇਟ ਇਜ਼ ਨੇਮਡ ਆਫਟਰ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦ 8th ਗੁਰੂ ਆਫ ਆਰ ਸਿੱਖਮ ਹਿਸ ਟੀਚਿੰਗਸ ਵਰ ਚੈਰਿਸ਼ ਵਨ ਗੋਡ ਅਲੋਨ ਡਿਸਕਾਰਡ ਪੈਸ਼ਨ ਐਂਡ ਲਰਨ ਦ ਵਰਚੂ ਆਫ ਪੇਸ਼ੈਂਸ ਚੈਰਿਟੀ ਐਂਡ ਲਵ ਐਵਰੀ ਸਕੂਲ ਇਜ਼ ਸਪੈਸ਼ਲ ਇਨ ਇਟਸ ਓਨ ਵੇ ਸੋ ਇਜ਼ ਮਾਈਨ ਇਨ ਮਾਈ ਸਕੂਲ ਚਿਲਡਰਨ ਫਰੋਮ ਡਿਫਰੈਂਟ ਬੈਕਗਰਾਊਂਡ ਕਮ ਵਿਦ ਦ ਪਰਪਸ ਟੂ ਲਰਨ We get to make friends, learn new things and grow every day. In my school, teachers are quite decent and generous. I am very proud of my school. Thank you. Thank you, Veta. Very good. Good afternoon, ma'am. My name is Gurkirat Singh from class 5th A. Today, I am very happy because you give me this opportunity to introduce my school. Guru Harkrishan Public School was established in 2004. It is a private school and part of Guru Harkrishan Public School and is managed by Delhi Sikh Management Committee. My school supports co-education where girls and boys study together. It is named after Shri Guru Harkrishan Sahib Ji, the 8th Guru of our Sikhism. Shri Guru Harkrishan Sahib Ji was born on 17 July 1656 at Kiratpur Sahib. He was the second son of Guru Har Rai Sahib Ji and Mata Krishan Kaur Ji. And he was passed away on 30 March 1664. I am studying here since pre-nursery. My school focus on the knowledge of the students. My school
teach very well. All the teachers in my school teach very well. My school supports co-education where girls and boys study together. Discipline and punctuality are the valued most in my school. I never want to be absent from school. Thank you. Thank you, Vikram.